C5 ਪੰਥ ਖਾਲਸਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਨਾਲ ਸਿੱਖ ਰਾਜਨੀਤੀ ਤੇ ਬਾਜ਼ ਅੱਖ ਰੱਖਣ ਵਾਲੇ ਸਰਦਾਰ ਰਤਿੰਦਰਪਾਲ ਸਿੰਘ ਪਿਛਲੇ ਲੰਮੇ ਸਮੇਂ ਤੋਂ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦੇ ਉੱਤੇ ਸਿੱਖੀ ਦੇ ਉੱਤੇ ਸਿੱਖ ਇਤਿਹਾਸ ਦੇ ਉੱਤੇ ਸਿੱਖ ਸਿਧਾਂਤ ਦੇ ਉੱਤੇ ਚੌਤਰੀਫੀ ਹਮਲੇ ਹੋ ਰਹੇ ਨੇ ਇਹਨਾਂ ਹਮਲਿਆਂ ਦਾ ਕਾਰਨ ਇਹਨਾਂ ਹਮਲਿਆਂ ਪਿਛਲੀਆਂ ਸਾਜ਼ਿਸ਼ਾਂ ਦਾ ਨੂੰ ਬੇਪਰਦਾ ਕਰਨਗੇ ਸਰਦਾਰ ਰਤਿੰਦਰਪਾਲ ਸਿੰਘ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਧਰਮ ਦੇ ਉੱਤੇ ਚੌ ਤਰਫੀ ਹਮਲੇ ਹੋ ਰਹੇ ਨੇ ਬਿਲਕੁਲ ਤੁਸੀਂ ਕਦੀ ਨਹੀਂ ਸੁਣਿਆ ਹੋਏਗਾ ਕਿ ਕਿਸੇ ਮੰਦਿਰ ਮਸਜਿਦ ਗਿਰਜੇ ਦੇ ਵਿੱਚ ਜਾ ਕੇ ਕਿਸੇ ਸ਼ਰਾਰਤੀ ਨੇ ਉਹਨਾਂ ਦੇ ਸਿਧਾਂਤ ਤੋਂ ਉਲਟ ਕੁਝ ਕੀਤਾ ਤੁਸੀਂ ਕਦੀ ਨਹੀਂ ਸੁਣਿਆ ਹੋਏਗਾ ਕਿ ਕਿਸੇ ਨੇ ਇਸਲਾਮ, Hindu ਧਰਮ ਜਾਂ ਇਸਾਈਅਤ ਦੇ ਖਿਲਾਫ ਕੋਈ ਕਿਤਾਬ ਲਿਖੀ ਹੋਵੇ ਇਹ ਸਾਰਾ ਕੁਝ ਸਿੱਖਾਂ ਦੇ ਹਿੱਸੇ ਹੀ ਆ ਰਿਹਾ ਤੁਸੀਂ ਕਦੀ ਨਹੀਂ ਸੁਣਿਆ ਹੋਏਗਾ ਕਿ ਇਸਾਈ ਨੌਜਵਾਨ Hindu ਨੌਜਵਾਨ ਜਾਂ ਮੁਸਲਮਾਨ ਨੌਜਵਾਨ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਹਿਰਾਸਤ ਵਿੱਚ ਲਿਆ ਹੋਵੇ ਇਹ ਵੀ ਸਿੱਖਾਂ ਦੇ ਹਿੱਸੇ ਹੀ ਆਇਆ ਇਹੋ ਜੀ ਕਿਹੜੀ ਤਾਕਤ ਹੈ ਜਿਹੜੀ ਸਿੱਖ ਧਰਮ ਨੂੰ ਬਰਬਾਦ ਕਰਨਾ ਚਾਹਦੀ ਹੈ। ਸ੍ਰੀ ਗੁਰੂ ਅਰਜਨ ਸਿੰਘ ਜੀ ਜਿਹੜੇ ਅੱਜ ਤੁਸੀਂ ਇਹ ਵਿਸ਼ਾ ਛੇੜੇ ਨੇ ਇਹ ਐਕਚੁਅਲੀ 14 ਤਰਫਾ ਹਮਲਿਆਂ ਵਾਲੇ ਵਿਸ਼ਾ ਨੇ। 14 ਤਰਫਿਆਂ ਹਮਲਿਆਂ 'ਚ ਅਸੀਂ ਦਿਸ਼ਾਵਾਂ ਲਾ ਲੈਂਦੇ ਆ। ਆਕਾਸ਼ ਤੇ ਧਰਤੀ ਛੱਡ ਦਿੰਦੇ ਆ। ਜੀ। ਦਰਸਲ ਆਕਾਸ ਵਿੱਚੋਂ ਵੀ ਤੇ ਧਰਤੀ ਵਿੱਚੋਂ ਵੀ ਸਾਰੇ ਪਾਸਿਆਂ ਤੋਂ ਹੀ ਹਮਲੇ ਨੇ ਸਾਡੇ ਕੌਮ ਤੇ ਜਿਹੜੇ ਹਮਲੇ ਹੋ ਰਹੇ ਨੇ ਇਹ ਹਮਲੇ ਜ਼ਮੀਨ ਤੋਂ ਵੀ ਨਹੀਂ ਤੇ ਆਕਾਸ ਤੋਂ ਵੀ ਨਹੀਂ ਚਾਰਾਂ ਦਿਸ਼ਾਵਾਂ ਤੋਂ ਤੇ ਹੈ ਨਹੀਂ ਦਰਸਲ ਇਹ ਹਮਲਿਆਂ ਦਾ ਤਾਲੁਕ ਸਿੱਖਾਂ ਪ੍ਰਤੀ ਬਹੁ ਗਿਣਤੀ ਸਮਾਜ ਵਿੱਚ ਪੈਦਾ ਕੀਤੀ ਗਈ ਨਫਰਤ ਹੈ ਉਹਨਾ ਦੇਖਣਾ ਜੜ ਕਿੱਥੇ ਆ ਜੜ ਹੈ ਜੇ ਬਹੁ ਸੰਖਿਆਕ ਸਮਾਜ ਵਿੱਚ ਪੈਦਾ ਕੀਤੀ ਗਈ ਨਫਰਤ ਦੂਸਰੀ ਜੜ ਜੇ ਕਿ ਨਫਰਤ ਕਿਦੇ ਰਾਹੀਂ ਤੇ ਕਿਵੇਂ-ਕਿਵੇਂ ਪੈਦਾ ਹੋਈ ਤੇ ਨਫਰਤ ਪੈਦਾ ਹੋਈ ਭਾਰਤ ਦੀਆਂ ਸਮੂਚੀਆਂ ਏਜੰਸੀਆਂ ਰਾਹੀਂ ਭਾਰਤ ਦੇ ਸਮੁੱਚੇ মিডিਏ ਰਾਹੀਂ ਪ੍ਰਿੰਟ ਟੈਲੀ ਹਰ ਤਰੀਕੇ ਦੇ মিডিਏ ਰਾਹੀਂ ਭਾਰਤ ਦੀਆਂ ਸਮੂਚੀਆਂ ਜਥੇਬੰਦੀਆਂ ਰਾਹੀਂ ਪੋਲੀਟਿਕਲ ਵੀ ਧਾਰਮਿਕ ਵੀ ਤੇ ਸਮਾਜਿਕ ਵੀ ਤੇ ਭਾਰਤ ਦੀਆਂ ਬਿਊਰੋਕ੍ਰੈਟਿਕ ਸੰਸਥਾਵਾਂ ਰਾਹੀਂ ਆ ਹਮਲਿਆਂ ਦੇ ਮੁੱਖ ਸੋਰਸ ਨੇ ਇਹ ਸਿੱਖਾਂ ਪ੍ਰਤੀ ਨਫ਼ਰਤ ਦੇ ਹਮਲਿਆਂ ਦੇ ਮੁੱਖ ਸੋਰਸ ਨੇ ਸਾਡੀ ਲੀਡਰਸ਼ਿਪ ਅਤੇ ਸਾਡੀ ਬੁੱਧੀਕਤਾ ਇਹਨਾਂ ਨੂੰ ਕਦੇ ਵੀ ਪਿੰਨ ਪੁਆਇੰਟ ਕਰਾਂਣੇ ਚ ਜ਼ਰੂਰਤ ਨਹੀਂ ਦਿਖਾ ਸਕੀ ਮੈਂ ਨਹੀਂ ਮੰਨਦਾ ਕਿ ਉਹਨਾਂ ਨੂੰ ਪਤਾ ਨਾ ਹੋਵੇ ਸਭ ਨੂੰ ਪਤਾ ਪਰ ਉਹ ਚਲਾਕੀ ਭਰੀ ਚੁੱਪ ਧਾਰਨ ਕਰਦੇ ਨੇ ਆਪੋ ਆਪਣੀਆਂ ਲਾਲਸਾਵਾਂ ਲਈ ਜ਼ਵਾਰਥਾਂ ਲਈ ਉਦਿਆਂ ਲਈ ਤੇ ਅਗਲੇ ਲਾਭਾਂ ਲਈ ਤੇ ਫਿਰ ਉਹ ਲਾਭ ਲੈਣ ਵਾਸਤੇ ਉਸ ਨੂੰ ਆਧਾਰ ਵੀ ਬਣਾਉਂਦੇ ਨੇ ਦੇਖੋ ਜੀ ਅਸੀਂ ਤਾਂ ਉਦੋਂ ਵੀ ਚੁੱਪ ਰਹੇ ਉਦੋਂ ਵੀ ਚੁੱਪ ਰਹੇ ਉਦੋਂ ਵੀ ਚੁੱਪ ਰਹੇ ਐਗਜ਼ਾਮਪਲ ਤੁਹਾਡੇ ਸਾਹਮਣੇ ਹੁਣ ਭਾਜਪੀ ਚ ਜਿੰਨੇ ਵੀ ਬੰਦੇ ਗਏ ਨੇ ਉਹ ਹੈਗੇ ਨੇ ਇੱਕ ਇੱਕ ਦਾ ਨਾਮ ਲਾਣਾ ਕੋਈ ਵਾਜਬ ਨਹੀਂ ਹੈਗਾ ਸਿੱਖਾਂ ਵਿੱਚ ਜਿੰਨੇ ਵੀ ਗਏ ਨੇ ਉਹ ਸਾਰੇ ਜੀ ਪੱਲ ਤੱਕ ਕੁਝ ਹੋਰ ਬੋਲਦੇ ਸੀ ਬੀਜੇ ਬੀਜਪੀ ਜਾ ਕੇ ਕੁਝ ਹੋਰ ਬੋਲ ਰਹੇ ਨੇ ਤੇ ਕੰਮ ਕੁਝ ਹੋਰ ਕਰ ਰਹੇ ਨੇ ਤੇ ਉਹਨਾਂ ਦੇ ਢੇਡੇ 'ਚ ਐਕਚੁਅਲ ਬੀਜਪੀ ਦੀ ਨਫ਼ਰਤ ਪਲਦੀ ਪਈ ਹੈ ਤੇ ਉਸੇ ਆਧਾਰ ਤੇ ਉਹ ਕੰਮ ਕਰ ਰਹੇ ਨੇ ਸਿੱਖ ਚਿਹਰੇ ਵੀ ਠੀਕ ਹੈ ਨਾ ਹੁਣ ਜੇ ਆ ਜਾਓ ਭਾਰਤ ਦੇ ਨਫ਼ਰਤ ਪ੍ਰਤੀ ਹੁਣ ਭਾਰਤੀ ਨਫਰਤ ਦਾ ਅਜੰਡਾ ਤੇ ਆਣਾ ਕਿ ਭਾਰਤ ਦੇ ਦੂਰ ਦਰਾਡੇ ਇਲਾਕਿਆਂ 'ਚ ਰਹਿ ਰਿਆ ਸਿੱਖ ਵੀ ਸੁਰੱਖਿਅਤ ਨਹੀਂ ਹੈ ਜੀ ਬਹੁਤ ਸਾਰੀਆਂ ਵੀਡੀਓ ਮੇਰੇ ਕੋਲ ਨਹੀਂ ਕਿਉਂਕਿ YouTube ਉਹਨਾਂ ਦੀ ਇਜਾਜ਼ਤ ਨਹੀਂ ਦਿੰਦਾ ਇੱਕ ਆਪਣਾ ਬੀਨਾ ਦੀ ਵੀਡੀਓ ਹੈ ਮੇਰੇ ਕੋਲ ਮੁਸ਼ਕਲ ਨਾਲ 7 ਸਾਲ ਦਾ ਤੇ 11 ਸਾਲ ਦੇ ਦੋ ਨੌਜਵਾਨ ਨੇ ਗਰੀਬ ਸਿੱਖ ਨੇ ਉਹਨਾਂ ਨੂੰ ਬਹੁ ਸੰਖੇਕ ਸਮਾਜ ਦੇ ਲੋਕ ਆ ਆਪਣੇ ਕੋਲ ਮੁੰਡੇ ਬੁਲਾ ਕੇ ਬਾਕੀ ਆਸਰੇ ਨੇ ਤੇ ਉਹਨਾਂ ਦੇ ਨਿੱਕਰੀ ਚੱਤ ਪਾ ਕੇ ਇਹ ਉਹਨਾਂ ਦੇ ਗੁਪਤੰਗ ਨੂੰ ਬੁਰੇ ਤਰੀਕੇ ਨਾਲ ਦਬ ਰਏ ਨੇ ਤੇ ਉਹ ਚੀਕ ਰਏ ਨੇ ਤੇ ਅੱਗੋ ਕਹਿ ਰਹੇ ਨੇ ਕਿ ਤੁਹਾਨੂੰ ਨਸਲ ਪੈਦਾ ਕਰਨ ਜੋਗਾ ਨਹੀਂ ਛੱਡਣਾ ਉਹਨਾਂ ਨੇ ਵੀਡੀਓ ਛਾੜ ਲਈਏ ਤੇ ਫਿਰ ਸਾਡੇ ਤੇ ਕੇਸ ਬਣਦੇ ਨੇ ਮੈਂ ਤਾਂ ਮੁੱਝ ਬਣੀ ਦੱਸ ਰ ਮੇਰੇ ਕੋਲ ਰਿਕਾਰਡ ਪਏ ਨੇ ਸਾਰੇ ਹੁਣ ਅਜੇ ਹੀ ਨਫਰਤ ਅਸੀਂ ਤਾਂ ਸਿਰਫ ਜੂਨ 84 ਤੇ ਨਵੰਬਰ 84 ਤੱਕ ਹੀ ਟਿੱਕੇ ਹੋਏ ਆਂ ਕੋਈ ਵੈਣ ਪਾ ਕੇ ਤੇ ਉਹੀ ਚੁੱਪ ਕਰ ਜਾਂਦੇ ਆਂ ਆ ਜਿਹੜੀ ਨਫਰਤ ਘਰ ਘਰ ਸਮਾਜ ਵਿੱਚ ਭੇਜ ਦਿੱਤੀ ਗਈ ਦੂਰ ਦੁਰੇਡੇ ਇਲਾਕਿਆਂ ਤੱਕ ਭੇਜ ਦਿੱਤੀ ਗਈ ਕਿਤੇ ਵੀ ਸਿੱਖ ਸੁਰੱਖਿਅਤ ਨਹੀਂ ਰਿਹਾ ਉਸ ਦੀ ਹੁਣ ਸਿੰਪਲ ਜਿਹੀ ਉਦਾਹਰਣ ਹੁਣੇ ਆਈ ਹੈ ਕੰਗਨਾਰਣਾਵਤ ਵਾਲਾ ਕੇਸ ਵੀ ਤਰਚਨਾਵਾਲਾ ਕੇਸ ਵੀ ਕਿਵੇਂ ਰੋਲਿੰਗ ਸ਼ੁਰੂ ਹੋ ਗਈ ਉਹਨਾਂ ਦੀਆਂ ਟੀਮਾਂ ਕਿਵੇਂ ਸ਼ੁਰੂ ਹੋ ਗਈਆਂ ਤੇ ਦੂਸਰੇ ਪਾਸੇ ਦੇਖੀਏ ਤੇ ਸਿੱਖਾਂ ਦੀਆਂ ਟੀਮਾਂ ਸਿੱਖਾਂ ਦੇ ਬੁੱਧੀਜੀਵੀ ਸਿੱਖ ਮੀਡੀਆ ਦੇ ਨਾਂ ਤੇ ਚੱਲਣ ਵਾਲੇ ਅਦਾਰੇ ਸਿੱਖ ਮੀਡੀਆ ਦੇ ਨਾਂ ਤੇ ਚੱਲਣ ਵਾਲੀਆਂ ਅਖਬਾਰਾਂ ਉਹ ਸਾਰੇ ਹੀ ਸਰਕਾਰੀ ਪੱਖ ਤੇ ਖੜੇ ਨੇ ਸਿੱਖ ਪੱਖ ਤੇ ਸਿੱਖ ਬੁੱਧੀਜੀਵੀ ਵੀ ਨਹੀਂ ਆਇਆ ਅਕਾਲ ਤਖਤ ਦਾ ਜੱਥੇਦਾਰ ਵੀ ਨਹੀਂ ਆਇਆ ਐਸਡੀਪੀਸੀ ਵੀ ਨਹੀਂ ਆਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਹੀਂ ਆਈ ਪੋਰਟ ਤੱਕ ਨਾਲ ਜਥੇਦਾਰ ਵੀ ਨਹੀਂ ਆਏ ਕੋਈ ਵੀ ਨਹੀਂ ਆਇਆ ਸਿੱਖ ਪੱਖ ਤੇ ਤਾਂ ਹੁਣ ਜੇ ਸਿੱਖਾਂ ਦੇ ਮਨ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਨੇ ਦੁਬਿਧਾ ਖੜੀ ਕੀਤੀ ਅਤੇ ਗਲਤ ਨੈਰੇਟਿਵ ਦਿੱਤੇ ਉਹ ਆ ਦਿੱਤੇ ਕਿ ਜੂਨ 84 ਦਾ ਹਮਲਾ ਤਾਂ ਕਾਂਗਰਸ ਦਾ ਹਮਲਾ ਸੀ ਕਾਂਗਰਸ ਪਾਰਟੀ ਦਾ ਅੰਦੇਚ ਰੋਲਸ ਹੋਣਾ ਕਿ ਭਈ ਉਹ 27 ਸੀ ਇਸ ਕਰਕੇ ਉਹ ਦੋਸ਼ੀ ਹੈ ਪਰ ਜਿਹੜੀ 27 ਚ ਨਹੀਂ ਸੀ ਉਹ ਅਡਵਾਨੀ ਸੀ ਮਿਸਿਸ ਚਾਵਲਾ ਸੀ ਅਮਰਸਰ ਵਾਲੀ ਜੋਸ਼ੀ ਸਾਹਿਬ ਸੀ ਉਸ ਵੇਲੇ ਦੀ ਉਹਨਾਂ ਦੀ ਸਾਰੀ ਲੀਡਰਸ਼ਿਪ ਸੀ ਜਿਹੜੀ ਸੜਕਾਂ ਤੇ ਚੰਡੀਗੜ੍ਹ ਦਿੱਲੀ ਅਮਰਸਰ ਬੈਨਰ ਲਾ ਕੇ ਕਹਿੰਦੀ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਕਰੋ ਦਰਬਾਰ ਸਾਹਿਬ ਵਿੱਚ ਫੌਜ ਭੇਜੋ ਮਾਈ ਕੰਟਰੀ ਮਾਈ ਲਾਈਫ ਵਿੱਚ ਅਡਵਾਨੀ ਖੁਦ ਅਸਭ ਪ੍ਰਕਾਰ ਦਾ ਮੰਨਦਾ ਇਸ ਚੀਜ਼ ਨੂੰ ਉਹਦਾ ਸੁਆ ਹੈ ਨਿਰਣਾ ਹੈਗਾ ਕਿ ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕਰ ਦਿੱਤਾ ਕਿ ਉਹ ਦਰਬਾਰ ਸਾਹਿਬ ਵਿੱਚ ਪੋਚ ਭੇਜੇ ਜੀ ਬਿਲਕੁਲ ਹੁਣ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਜਿਸ ਵੇਲੇ ਦਰਬਾਰ ਸਾਹਿਬ ਵਿੱਚ ਸ਼ਹੀਦੀ ਗੈਲਰੀ ਬਣਦੀ ਹੈ ਤੇ ਉਹਦੇ ਹੀ ਸਸਤੀ ਲਿਖ ਦਿੰਦੇ ਆ ਕਿ ਕਾਂਗਰਸ ਦੇ ਕੀਤੇ ਹਮਲੇ ਉਹਦੇ 'ਚ ਅਸੀਂ ਇਹ ਵੀ ਨਹੀਂ ਲਿਖਦੇ ਕਿ ਭਾਰਤ ਸਰਕਾਰ ਦੇ ਕੀਤੇ ਹਮਲੇ ਉਹਦੇ 'ਚ ਅਸੀਂ ਇਹ ਵੀ ਕਹਿਣ ਤੋਂ ਡਰਦੇ ਆ ਕਿ ਭਾਰਤ ਸਰਕਾਰ ਦੀਆਂ ਹਿੰਦੂਤਵੀ ਤਾਕਤਾਂ ਵੱਲੋਂ ਕੀਤੇ ਹਮਲੇ ਉਹਦੇ 'ਚ ਅਸੀਂ ਇਹ ਵੀ ਲਿਖਣ ਤੋਂ ਡਰ ਜਾਂਦੇ ਆ ਕਿ ਭਈ ਅਡਵਾਨੀ ਨੇ ਖੁਦ ਸਵਕਾਰ ਕੀਤਾ ਕਿ ਮਾਈ ਕੰਟਰੀ ਮਾਈ ਲਾਈਫ 'ਚ ਕਿ ਭਈ ਪਾਸ਼ਪਾ ਵੀ ਨਾਲ ਸੀ ਹਮਲਿਆਂ 'ਚ ਉਹਨੇ ਹੀ ਕਰਵਾਏ ਹਮਲੇ ਜ਼ੋਰੋਂ ਨੇ ਪਾਇਆ ਪੋਲਿਟੀਕਲ ਜ਼ੋਰ ਆਪੋਜੀਸ਼ਨ ਨੇ ਪਾਇਆ ਆਖੀਰਸੀ ਸਿੱਖਾਂ ਨੂੰ ਕਿਉਂ ਗਲਤ ਇਨਫਾਰਮੇਸ਼ਨ ਦਿੰਦੇ ਆ ਤੇ ਆਪੋ ਆਪਣੇ ਸਵਾਰਥ ਫੁੰਦਦੇ ਆ ਇਹ ਜਿਹੜੀਆਂ ਗੱਲਾਂ ਨੇ ਇਹ ਗੱਲਾਂ ਸਾਬਤ ਕਰਦੀਆਂ ਨੇ ਕਿ ਸਿੱਖ ਲੀਡਰਸ਼ਿਪ ਸਮੇਂ ਦੀ ਹਾਨ ਦੀ ਨਹੀਂ ਬਣ ਸਕੀ ਸਿੱਖ ਬੁੱਧੀਜੀਵੀ ਵੀ ਆਪਣੀ ਕਲਮ ਨੂੰ ਸਮੇਂ ਦੇ ਹਾਨ ਦੇ ਨਹੀਂ ਬਣ ਸਕੇ ਸਿੱਖ ਨੈਰੇਟਿਵ ਤਿਆਰ ਕਰਨ ਵਾਲੇ ਬੰਦੇ ਵੀ ਸੰਸਾਮਾਮੀ ਸਮਾਧਾਨ ਦੇ ਅਨੁਸਾਰ ਸੱਚ ਨਹੀਂ ਬੋਲ ਸਕ ਰਹੀਆਂ ਨਾ ਉਹਨਾਂ ਨੇ ਸੱਚ ਬੋਲਿਆ ਤੇ ਨਾ ਉਹਨਾਂ ਨੇ ਸਿੱਖਾਂ ਨੂੰ ਅਗਵਾਈ ਦਿੱਤੀ ਐ ਸਿੱਖਾਂ ਦੀ ਸਮੂੱਚੀ ਲੀਡਰਸ਼ਿਪ ਦਾ ਚੌਥੀ ਤਰਫੀ ਹਮਲਿਆਂ 'ਚ નિષ્ફળ ਉਹਨਾਂ ਫੇਰ ਹੋਣ ਦੇ ਬਰਾਬਰ ਹੈ। ਪਰ ਇਸ ਨੂੰ ਸਵਕਾਰਿਆ ਜਾਣਾ ਚਾਹੀਦਾ ਸਾਡੀ ਕਲਮ ਦੀ ਸਿਆਹੀ ਵੀ ਸੁੱਕ ਗਈ ਸਾਡੇ মিডিਆ ਦਾ ਕੈਮਰੇ ਦਾ ਲਾਂਚ ਵੀ ਮੁੱਕ ਗਿਆ ਆਊਟ ਆਫ ਫੋਕਸ ਹੋ ਜਾਂਦਾ ਉਸ ਵੇਲੇ ਸਾਡੇ ਬੁੱਧੀਜੀਵੀ ਵੀ ਆਊਟ ਆਫ ਫੋਕਸ ਹੋ ਜਾਂਦੇ ਨੇ ਨੈਰੇਟਿਵ ਵੀ ਉਹਨਾਂ ਦਾ ਮਰ ਜਾਂਦਾ ਸਾਡੇ ਕਲਮਕਾਰ ਸਾਡੇ ਕਵੀ ਸਾਡੇ ਲਿਖਾਰੀ ਬਹੁ ਸੰਖਿਆਕ ਰੂਪ ਇਸ ਟਾਵੇਂ ਟਾਵੇਂ ਸਾਡੇ ਵਰਗੇ ਬੋਲਦੇ ਨੇ ਉਹਨਾਂ ਦੀ ਟਾਵੇਂ ਟਾਵੇਂ ਦੀ ਕੋਈ ਫਿਰ ਕੋਈ ਇੰਨੀ ਵੈਲਿਊ ਨਹੀਂ ਰਹਿ ਜਾਂਦੀ ਬਹੁ ਸੰਖਿਆਕ ਜਿਨ੍ਹਾਂ ਨੇ ਜਿਨ੍ਹਾਂ ਕੋਲ ਆਧਾਰ ਹੀ ਨਹੀਂ ਜਿਨ੍ਹਾਂ ਕੋਲ ਧਨ ਹੈ ਜਿਨ੍ਹਾਂ ਕੋਲ ਕੋਮ ਦਾ ਸਰਮਾਇਆ ਉਹ ਸਾਰੇ ਇਸ ਤੋਂ ਉਲਟ ਚੱਲਦੇ ਨੇ ਤੇ ਇਸ ਲਈ ਉਹ ਸਾਰੇ ਹੀ ਦੋਸ਼ੀ ਨੇ ਇੰਨਾ ਚੌਥਰਫੇ ਹਮਲੇ ਨੂੰ ਉਹ ਮੁਕਾ ਨਹੀਂ ਸਕਦੇ ਰੋਕ ਨਹੀਂ ਸਕਦੇ ਕਿਉਂਕਿ ਉਹ ਆਪ ਇੰਨਾ ਦੇ ਕਾਣੇ ਹੋਏ ਹੋਏ ਮੈਂ ਸਿੱਖ ਲੀਡਰਸ਼ਿਪ ਦੇ ਇਸ ਵਤੀਰੇ ਦੀ ਤੁਹਾਨੂੰ ਇੱਕ ਮੂੰਹ ਬੋਲਦੀ ਤਸਵੀਰ ਦਿਖਾਣੀ ਚਾਹਨਾ ਜੀ ਕਿ ਜਦੋਂ ਨਾਨਕਸ਼ਹੀ ਕੈਲੰਡਰ ਨੂੰ ਖਤਮ ਕਰਨਾ ਸੀ ਜੀ ਉਸ ਵੇਲੇ ਇੱਕ ਲੈਟਰ ਆਇਆ ਸੀ ਜਿਹੜਾ ਕਿ ਡਰਾਫਟ ਲੈਟਰ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਆਜ ਧਰਮ ਸੰਸਦ ਨੇ ਇਹ ਫੈਸਲਾ ਲਿਆ ਹੈ ਜਿਦੋਂ ਕਿ ਸਾਡਾ ਲਫ਼ਜ਼ ਧਰਮ ਸੰਸਦ ਨਹੀਂ ਹੈਗਾ ਸਿੰਘ ਸਹਿਬਾਨ ਹੈਗਾ ਔਰ ਕੱਲ ਤੱਕ ਉਹ ਲੈਟਰ ਲਿਆਉਣ ਵਾਲੇ ਵੱਡੇ ਅਕਾਲੀ ਆਗੂ ਸਾਹਿਬ ਜਿਹੜੇ ਅੱਜ ਸਭ ਤੋਂ ਵੱਧ ਰੌਲਾ ਪਾਉਂਦੇ ਨੇ ਜੀ ਕਿ ਭਾਜਪਾ ਸਿੱਖਾਂ ਦੇ ਅੰਦਰੂਨੀ ਮਾਮਲੇ 'ਚ ਦਖਲ ਦੇ ਰਹੀ ਹੈ ਉਹ ਕਹਿੰਦੇ ਸੀ ਜੀ ਇਹ ਕਿਤੇ ਸਿੰਘ ਸਹਿਬਾਨ ਕੋਲੋਂ ਹੀ ਟਾਈਪ ਟਾਈਪਿਸਟ ਦੀ ਗਲਤੀ ਆ ਧਰਮ ਸੰਸਦ ਨਹੀਂ ਹੋਣਾ ਸਿੰਘ ਸਹਿਬਾਨ ਹੋਣਾ ਧਰਮ ਸੰਸਦ ਸ਼ਬਦ ਜਿਹੜੇ ਵਰਤਦੇ ਨੇ ਨਾਗਪੁਰ ਵਾਲੇ ਸਾਰੀ ਦੁਨੀਆ ਨੂੰ ਪਤਾ ਹੈ ਇਹ ਤੇ ਸਾਡੀ ਲੀਡਰਸ਼ਿਪ ਦੇ ਬૌਧਿਕ ਸਤਰ ਦਾ ਹਾਲ ਹੈ ਸਾਡਾ ਅਕਾਲੀ ਦਲ ਦਾ ਪ੍ਰਧਾਨ ਕਦੀ ਖੰਡਾ ਬਾਟਾ ਲੈ ਕੇ ਪਿੰਡਾਂ 'ਚ ਨਹੀਂ ਜਾਂਦਾ ਸ਼ਹਿਰਾਂ 'ਚ ਨਹੀਂ ਜਾਂਦਾ ਮਾਸਟਰ ਜੀ ਤੋਂ ਬਾਅਦ ਉਹ ਰਵਾਇਤ ਹੀ ਖਤਮ ਹੋ ਗਈ ਸੰਤ ਚੰਨਨ ਸਿੰਘ ਤੋਂ ਬਾਅਦ ਉਹ ਰਵਾਇਤ ਖਤਮ ਹੋ ਗਈ ਜਥੇਦਾਰ ਗੁਰਚਰਨ ਸਿੰਘ ਟੋੜਾ ਤੋਂ ਬਾਅਦ ਉਹ ਰਵਾਇਤ ਖਤਮ ਹੋ ਗਈ ਕਿ ਸ਼੍ਰੋਮਣੀ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਪ ਖੰਡਾ ਬਾਟਾ ਸਿਰ ਤੇ ਲਾ ਕੇ ਪਿੰਡ ਪੱਦਰ ਤੇ ਪ੍ਰਚਾਰ ਕਰਦਾ ਸੀ ਉਹ ਲੋਕਾਂ ਚ ਗੁਰਮਤ ਦੀ ਚੇਤਨਾ ਪੈਦਾ ਕਰਦਾ ਸੀ ਅੱਜ ਬਦਕਿਸਮਤੀ ਇਹ ਹੈਗੀ ਆ ਕਿ ਸਾਡੀ ਕੌਮ ਦੇ ਕੋਲ ਜਿਹੜੇ ਲੀਡਰ ਹੈਗੇ ਨੇ ਉਹ ਉਹ ਕੰਮ ਕਰਦੇ ਨੇ ਜਿਨ੍ਹਾਂ ਤੋਂ ਸਿੱਖ ਰਹਿਤ ਮਰਿਆਦਾ ਵਰਜਦੀ ਹੈ ਜੀ ਦਰਬਾਰ ਸਾਹਿਬ ਤੇ ਜਿਹੜਾ ਅ ਅਰਚਨਾ ਵਾਲਾ ਮਾਮਲਾ ਹੈਗਾ ਇਹ ਤਾਂ ਮਾਮਲਾ ਵੱਡੀ ਇੱਕ ਮੈਂ ਸਮਝਦਾ ਕਿ ਵੱਡੀ ਸਾਜ਼ਿਸ਼ ਦੀ ਇੱਕ ਛੋਟੀ ਜੀ ਕੜੀ ਹੈ ਆਰੰਭਾ ਜੀ ਮੈਂ ਮੈਂ ਮੰਨਦਾ ਬਹੁਤ ਵੱਡੀ ਹਮਲੇ ਦੀ ਸਾਜ਼ਿਸ਼ ਦਾ ਇਹ ਸੂਤਰ ਆਰੰਭਾ ਔਰੇ ਮੈਂ ਸਮਝਦਾ ਕਿ ਇੱਕ ਵੱਡੀ ਗੱਲ ਹੈਗੀ ਹੈ ਤੁਸੀਂ ਜਿਹੜੀ ਗੱਲ ਦੂਸਰੀ ਕੀਤੀ ਹੈ ਕਿ ਜਿਹੜਾ ਸਿੱਖ ਮੀਡੀਆ ਵੱਡੇ-ਵੱਡੇ ਅਖਬਾਰ ਵੱਡੇ-ਵੱਡੇ ਟੀਵੀ ਚੈਨਲ ਜਿਹੜੇ ਆਪਣੇ ਆਪ ਨੂੰ ਪੰਥ ਦਾ ਚੈਨਲ ਕੋ ਆਂਦੇ ਨੇ ਉਹ ਵੀ ਕਦੀ ਸਿੱਖ ਮਸਲਿਆਂ ਤੇ ਨਹੀਂ ਬੋਲਦੇ ਉਹ ਉਦੋਂ ਬੋਲਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਹੁਣ TRP ਮਿਲ ਸਕਵੀ ਹੈ ਕਦੀ ਸਿੱਖ ਮੁੱਦਿਆਂ ਤੇ ਗੱਲ ਨਹੀਂ ਕੀਤੀ ਦੂਸਰੇ ਪਾਸੇ ਆ ਜਾਈਏ ਸਿੱਖ ਅਖਬਾਰਾਂ ਦੀ ਹਾਲਤ ਹੈਗੀ ਹੈ ਕਿ ਖਾੜਕੂਆਂ ਦੇ ਭੋਗਾਂ ਦੇ ਇਸ਼ਤਿਹਾਰ ਲੈਣ ਤੋਂ ਬਾਅਦ ਉਹ ਕਦੀ ਬੋਲੇ ਹੀ ਨਹੀਂ ਧਨਾੜ ਹੋ ਗਈ ਇਹ ਹਾਲਾਤ ਪੈਦਾ ਹੋਏ ਨੇ ਹੁਣ ਇਹਨਾਂ ਹਾਲਾਤਾਂ ਦੇ ਨਾਲ ਨਜਿੱਠਣਾ ਕਿਵੇਂ ਹੈ ਇਹਦੇ ਬਾਰੇ ਦੱਸੋ ਨਜਿੱਠਣ ਵਾਸਤੇ ਬੜਾ ਸਿੱਧਾ ਔਰ ਆਸਾਨ ਤਰੀਕਾ ਹੈ ਜੀ ਪਰ ਜੇ ਸਿੱਖ عوام ਸਮਝੇ ਕਿਉਂਕਿ ਸਿੱਖ ਅਗੂ ਨਹੀਂ ਸਮਝੇਗਾ ਸਿੱਖ ਅਗੂ ਨੇ ਤੇ ਆਪਣੀ ਸਿੱਖ ਵਿਰੋਧੀਆਂ ਤੇ ਵਿਪਰਵਾਦ ਦੇ ਹਿੱਤ ਵਿੱਚ ਆਪਣਾ ਸਟੈਂਡ ਤੇ ਆਪਣੀ ਕੁਰਸੀ ਕਾਇਮ ਕਰ ਲਈ ਹੈ ਇਸ ਕਰਕੇ ਉਹ ਤਾਂ ਸਮਝੇਗਾ ਹੀ ਨਹੀਂ ਹੁਣ ਉਸ ਨੂੰ ਇਸ ਕੁਰਸੀ ਤੋਂ ਹਟਾਉਣਾ ਹਟਾਉਣ ਦਾ ਕੰਮ ਹੈਗਾ ਆਵਾਮ ਦਾ ਆਵਾਮ ਧੜਿਆਂ ਚ ਵੰਡੀ ਹੋਈ ਹੈ ਸਭ ਤੋਂ ਪਹਿਲਾ ਕੰਮ ਹੈ ਜੇ ਕਿ ਕੋਈ ਅਜਿਹੇ ਗੁਰਸਿੱਖ ਨਿਤਰਨ ਸੰਸਥਾਵਾਂ ਨਵੀਆਂ-ਨਵੀਆਂ ਬਣਾਉਣ ਦੀ ਲੋੜ ਨਹੀਂ ਜੇ ਹੈਗੀ ਅਸੀਂ ਉਹ ਲੱਗਾਈਆਂ ਸੰਸਥਾਵਾਂ ਇੱਥੇ ਵੀ ਕਿਉਂਕਿ ਸੰਸਥਾਵਾਂ ਫਿਰ ਇੱਕ ਦੂਜੇ ਦੇ ਖਿਲਾਫ ਹੋ ਜਾਂਦੀਆਂ ਨੇ ਕੋਈ ਗੁਰਸੇ ਕਾ ਜਹੇ ਉਪਰਨ ਨਿਤਰਨ ਜੇੜੇ ਸਿੱਖ ਕੌਮ ਨੂੰ ਕਹਿਣ ਕਿ ਪਹਿਲੀ ਗੱਲ ਤਾਂ ਧੜਿਆਂ ਚੋਂ ਬਾਹਰ ਨਿਕਲੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਧੜਾ ਕਾਇਮ ਕਰੋ ਦੂਜੀ ਗੱਲ ਹੈਗੀ ਹੈ ਕਿ ਉਹ ਗੁਰਮਤ ਦੀ ਦਿਖਿਆ ਦੇਣ ਸਿੱਖਾਂ ਪਿੰਡ ਪੱਦਪੇ ਜਾ ਕੇ ਹੁਣ ਜਿੱਥੇ ਗੁਰਮਤ ਦੀ ਦਿਖਿਆ ਦੇਣੀ ਹੈ ਜਦੋਂ ਅਸੀਂ ਸਿੱਖ ਰਾਤ ਮਰਿਆਦਾ ਨੂੰ ਚੁੱਕਦੇ ਆ ਤੇ ਸਾਡੇ ਬੁੱਧੀਜੀਵੀ ਉਸ ਤੇ ਰੋਲਾ ਪਾਣਾ ਸ਼ੁਰੂ ਕਰ ਦਿੰਦੇ ਨੇ ਤੇ ਸੇਕ ਫੇਰੇ ਬਿਪਰਵਾਣੇ ਝੋਲੇ ਚ ਡਿੱਗ ਜਾਂਦੇ ਨੇ ਸਾਡੀਆਂ ਆਪਣੀਆਂ ਅੰਦਰਲੀਆਂ ਜਿਹੜੀਆਂ ਕਮਜ਼ੋਰੀਆਂ ਇਹ ਦੇਖਣਾ ਪੈਣਾ ਤੇ ਘੱਟੋ ਘੱਟ ਅਸੀਂ ਇਹ ਬੇਨਤੀ ਕੀਤੀ ਸੀ ਅੱਜ ਤੋਂ 10 ਸਾਲ ਪਹਿਲਾਂ 2003 ਵਿੱਚ 4 ਵਿੱਚ 20 ਸਾਲ ਪਹਿਲਾਂ ਕਿ ਭਈ ਸਿੱਖਾਂ ਨੂੰ ਚਾਹੀਦਾ ਕਿ ਜਿੰਨੇ ਵੀ ਵਿਵਾਦਤ ਵਿਸ਼ਾ ਨੇ ਉਹ ਸਾਰੇ ਵਿਵਾਦਤ ਵਿਸ਼ਾ ਉਦੋਂ ਤੱਕ ਛੱਡ ਦਿੱਤੇ ਜਾਣ ਠੰਡੇ ਬਸਤੇ ਵਿੱਚ ਪਾ ਦਿੱਤੇ ਜਾਣ ਜਦੋਂ ਤੱਕ ਸਿੱਖ ਸੋਵਰਨਿਟੀ ਹਾਸਲ ਨਹੀਂ ਕਰ ਲੈਂਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਜ਼ਾਦ ਹੋ ਕੇ ਨਿਰਣਾ ਕਰਨ ਦੇ ਸਮਰਥ ਨਹੀਂ ਬਣ ਜਾਂਦੇ ਉਦੋਂ ਤੱਕ ਵਿਵਾਦਤ ਵਿੱਚ ਲਿਖ ਲਓ ਸਾਈਡ ਤੇ ਤਾਰ ਦਿਓ ਕੌਮਾਂ ਦੇ ਸੰਘਰਸ਼ੀ 100 200 ਸਾਲ ਕੋਈ ਮਾਇਨੇ ਨਹੀਂ ਰੱਖਦੇ ਹੁੰਦੇ ਜਿੱਥੇ ਅਨੇ ਸਾਲ ਆ ਵਿਵਾਦਤ ਵਿਸ਼ਾ ਚੱਲਦੇ ਰਹਿਣੇ ਤੇ ਸਿੱਕੀ ਮਜ਼ਬੂਤ ਰਹੀ ਹੈ ਤੇ ਹੁਣ ਤੁਹਾਡੇ ਬੇਪਰਵਾਹ ਨਾਲ ਜਾਣ ਕਰਕੇ ਆ ਵਿਵਾਦਤ ਮੁੱਦੇ ਸਿੱਖੀ ਨੂੰ ਕਮਜ਼ੋਰ ਕਰ ਰਹੇ ਨੇ ਆ ਗੱਲ ਸਮਝਣ ਵਾਲੀ ਐ ਅਸੀਂ ਇਹ ਬੇਨਤੀ ਕੀਤੀ ਸੀ ਹੁਣ ਵੀ ਮੈਂ ਇਹੀ ਕਾਗਾਂ ਕਿ ਸਾਰੇ ਸਿੱਖ ਕੌਮ ਨੂੰ ਚਾਹੇ ਰਹਿਤ ਮਰਿਆਦਾ ਪਸੰਦ ਹੈ ਚਾਹੇ ਨਹੀਂ ਹੈ ਉਸ ਨਾਲ ਏਕਾ ਕਰ ਲੈਣ ਕਿਉਂਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਤਾਂ ਹੀ ਬਚਦਾ ਜੇ ਮਿਨੀਮਮ ਪ੍ਰੋਗਰਾਮ ਆ ਮਿਨੀਮਮ ਉਸੇ ਚ ਏਕਾ ਕਰਕੇ ਖੰਡੇ ਬਾਟੇ ਦੀ ਪੋਲ ਸਿੱਖਾਂ ਨੂੰ ਸਿਖਾਉਣੀ ਸ਼ੁਰੂ ਕਰਨ ਸਿੱਖਾਂ ਨੂੰ ਦਿਮਾਗੀ ਤੌਰ ਤੇ ਬੇਪਰਵਾਦ ਬ੍ਰਾਹਮਣਵਾਦ ਢੇਰਾਵਾਦ ਅਤੇ ਸੰਤ ਸਾਧਵਾਦ ਤੋਂ ਮੁਕਤ ਕਰਨ ਜਿਸ ਵੇਲੇ ਸਿੱਖ ਪਿੰਡ ਪੱਦਰ ਤੋਂ ਮੁਕਤੀ ਲੈਣਗੇ ਤਾਂ ਜਿਹੜੇ ਲੀਡਰ ਜਫਾ ਮਾਰ ਕੇ ਬੈਠੇ ਜੇ ਉਹਨਾਂ ਨੂੰ ਹਟਾਉਣ ਦੇ ਸਮਰੱਥ ਹੋਣਗੇ ਨਹੀਂ ਤੇ ਕੀ ਹੋਏਗਾ ਜੇ ਤੁਸੀਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾ ਲਓ ਮੈਂ ਬੜੀ ਆਰੀ ਕਿਹਾ ਦੇਖੋ ਬਟਾਲਾ ਸਾਹਿਬ ਵੀ ਸਰਗਰਮ ਨੇ ਜੱਤੇਦਾਰ ਸਾਹਿਬ ਦਾ ਰਣਜੀਤ ਸਿੰਘ ਜੀ ਵੀ ਸਰਗਰਮ ਨੇ 1920 ਵਾਲਾ ਅਕਾਲੀ ਦਲ ਵੀ ਸਰਗਰਮ ਆ ਸੰਤ ਸਮਾਜ ਵੀ ਸਰਗਰਮ ਆ ਸਿਮਰਨਜੀਤ ਸਿੰਘ ਮਾਨੋਰੀ ਵੀ ਸਰਗਰਮ ਨੇ ਦਾਲ ਖਾਲਸਾ ਹੋਰੀ ਵੀ ਸਰਗਰਮ ਨੇ ਹਾਂ ਵਾਂਗੇ ਬਿੱਟੂ ਹੋਰੀ ਕਹਿੰਦੇ ਨੇ ਅਸੀਂ ਸਵਧਾਨ ਵਿੱਚ ਕੋਈ ਇਲੈਕਸ਼ਨ ਨਹੀਂ ਲੜਣੀ ਪਰ ਉਸੇ ਸਵਧਾਨ ਵਿੱਚ STPC ਦੀ ਇਲੈਕਸ਼ਨ ਲੜਨ ਲਈ ਸਰਗਰਮ ਨੇ ਠੀਕ ਆ ਨਾ ਜੀ ਐਸ ਹੱਤ ਤਾਂ ਮੇਨ ਧੜੇ ਹੋ ਗਏ ਨਾ ਜੀ ਅਕਾਲੀ ਦਲ ਤੋਂ ਸਿਵਾ ਤੇ ਚਾਰ ਅਕਾਲੀ ਧੜੇ ਨੇ 11 ਧੜੇ ਸਾਡੇ ਐਸਜੀਪੀਸੀ ਵਾਸਤੇ ਹੀ ਇਲੈਕਸ਼ਨਾਂ ਲੜਨ ਵਾਸਤੇ ਤਿਆਰ ਨੇ ਹੁਣ ਮੈਂ ਨਾ 11 ਦੀ ਜੇ شناخت ਕਰਨੀ ਸ਼ੁਰੂ ਕਰਾਂ ਸਾਰਿਆਂ ਨੂੰ ਚੁਬੇਗੀ ਸੰਤ ਸਮਾਜ ਜਿਹੜਾ ਰਹਿਤ ਮਰਿਆਦਾ ਮੰਨਦਾ ਹੀ ਨਹੀਂ ਉਹਨੂੰ ਐਸਜੀਪੀਸੀ ਦਾ ਚੋਣ ਲੜਨ ਦਾ ਅਧਿਕਾਰੀ ਕਿਉਂ ਸਬਕਾਰ ਕੀਤਾ ਜਾਵੇ ਸਲੀ ਬੁਨਿਆਦ ਹੋਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਗੁਰੂ ਪੰਥ ਤੇ ਰਤ ਮਰਿਆਦਾ ਜਿਹੜੇ ਉਹਨੂੰ ਮੰਨਦੇ ਹੀ ਨਹੀਂ ਉਹ ਚੋਣ ਕਿਉਂ ਲੜਨਾ ਐ ਐਸਜੀਪੀਸੀ ਦੀ ਸਿੱਖ ਉਹਨਾਂ ਨੂੰ ਕਿਉਂ ਸਤਿਕਾਰ ਕਰੇ ਧੜਾ ਨਿਕਲ ਗਿਆ ਜੀ ਬਾਹਰ ਪਰ ਸਿਕਾਈ ਕਿ ਜੁਰਤ ਆ ਕਰਵੇਂ ਜੜਾ ਅਕਾਲੀ ਦਾਲ ਗੁਰੂ ਗ੍ਰੰਥ ਗੁਰੂ ਪੰਥ ਨੂੰ ਅਵਲ ਮੰਨ ਕੇ ਨਹੀਂ ਚੱਲੇ ਆ ਰਹੇ ਰਤ ਮਰਿਆਦਾ ਮੰਨ ਨਹੀਂ ਰਿਹਾ ਉਹਨੂੰ ਕੀ ਅਧਿਕਾਰ ਹੈਗਾ ਕਿ ਉਹ ਐਸਜੀਪੀਸੀ ਦੀ ਚੋਣ ਲੜੇ ਹੁਣ ਜੇ ਬਾਕੀ ਜਿਹੜੇ ਕਹਿੰਦੇ ਨੇ ਅਸੀਂ ਮੰਨਦੇ ਆ ਜੀ ਹੁਣ ਉਹਨਾਂ ਵਿੱਚ ਤੁਸੀਂ ਆ ਜਾਓ ਅਖੰਡ ਕੀਰਤਨੀ ਜੱਥਾ ਨਹੀਂ ਮੰਨਦਾ ਸਾਹਮੜਿਆ ਸਪਸ਼ਟ ਗੱਲਾਂ ਕਰਨ ਲੱਗਾ ਸਾਡੇ ਨਾਲ ਕਿਉਂਕਿ ਸਿੱਖ ਹਨ ਚੀਜ਼ਾਂ ਦੇ ਵਿੱਚ ਹੀ ਕਿਰੇ ਹੋ ਰਿਹਾ ਚੌਥੀਆ ਪਾਸੇ ਸਾਡੇ ਅੰਦਰੋਂ ਵੀ ਨੇ ਸਿਰ ਬਾਹਰੀ ਨਹੀਂ ਨੇ ਅੰਦਰੂਨੀ ਵੀ ਨੇ ਜਿਹੜੇ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਤਾਂ ਸਿੱਖ ਵੰਡੇ ਫਿਰਦੇ ਨੇ ਆਪਣੇ ਆਪ ਨੂੰ ਹੁਣ ਜੇ ਅੱਡ ਹੋ ਜਾਈਏ ਤੇ ਸਿਮਰਨਜੀਤ ਸਿੰਘ ਮੰਨ ਨਹੀਂ ਮੰਨਦਾ ਕੰਤਕ ਧੜੇ ਨਹੀਂ ਮੰਨਦੇ ਇਹ ਭਾਈ ਰਣਜੀਤ ਸਿੰਘ ਜੀ ਦਾ ਏਜੰਡਾ ਵੱਖਰਾ ਭਾਈ ਬਡਾਲਾ ਜੀ ਦਾ ਏਜੰਡਾ ਵੱਖਰਾ ਹੁਣ ਜੇ ਮੰਨ ਲਓ ਸਾਰੇ ਇੱਕ ਏਜੰਡੇ ਤੇ ਆ ਵੀ ਜਾਂਦੇ ਨੇ ਤੋਂ ਉਹਨਾਂ ਬੜੀ ਕੋਹੜੀ ਗੱਲ ਕਹਿਣ ਲੱਗਾ ਸਿਵਾ ਜਿਹੜਾ ਵਿਪਰ ਨਾਲ ਰਲਿਆ ਹੋਇਆ ਅਕਾਲੀ ਦਲ ਉਸ ਤੋਂ ਸਿਵਾ ਪਿੰਡ ਪੱਤਰ ਤੇ ਤੁਹਾਡੇ ਝੋਲੇ ਚੁੱਕਣ ਵਾਲੇ ਤੇ ਤੁਹਾਡੇ ਬੂਥ ਲਾਉਣ ਵਾਲੇ ਤੇ ਤੁਹਾਡੇ ਐ ਜੰਟ ਬੰਨਣ ਵਾਲੇ ਬੰਦੇ ਤੁਹਾਡੇ ਕੋਲ ਨਹੀਂ ਆਗੇ ਬਾਕੀਆਂ ਕੋਲ ਤੇ ਫੇਰ ਉਹ ਵੀ ਪਰਵਾਦ ਵਾਲਾ ਇਹ ਅਕਾਲੀ ਦਲ ਕਾਬਜ ਹੋਏਗਾ ਤੁਸੀਂ ਕੀਤਾ ਕੀ ਹੈ ਕੰਮ ਸਿਵਾ ਅਖਬਾਰਾਂ 'ਚ ਬਿਆਨ ਦੇਣ ਤੇ ਵੱਡੇ ਵੱਡੇ ਇਸ਼ਤਿਹਾਰ ਲਵਾਉਣ ਤੋਂ ਵਰਤਾ ਜਮੀਨੀ ਪੱਧਰ ਤੇ ਤੇ ਪ੍ਰਾਪਤੀ ਕੁਝ ਵੀ ਨਹੀਂ ਆਗੀ ਮੰਮੀ ਤੇ ਫੇਰ ਅਸੀਂ ਐਨੇ ਸਾਲਾਂ ਤੋਂ ਕੀ ਕਰ ਰਹੇ ਹਾਂ ਤੇ ਆ ਜਿਹੜਾ ਅੰਦਰੂਨੀ ਸਾਡਾ ਖਲਾ ਹੈਗਾ ਇਸ ਅੰਦਰੂਨੀ ਖਲਾਅ ਦਾ ਦੁਸ਼ਮਣ ਫਾਇਦਾ ਚੁੱਕਦਾ ਹੈ। ਦੁਸ਼ਮਣ ਸਾਡਾ ਬੇਪਰਵਾਹੀ ਹੈ। ਕੋਈ ਇਕੱਠਾ ਹੋਇਆ ਹੋਇਆ। ਉਹਨੇ ਆਪਣੀਆਂ ਤਾਕਤਾਂ ਹੀ ਇਕੱਠੀਆਂ ਕਰ ਲਈਆਂ ਨੇ। ਉਹਨੇ ਸਨਾਤਨ ਧਰਮ ਦੇ ਥਾਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵਿਪਰਦ ਨੇ ਸਨਾਤਨ ਰੂਪ ਤਰਨ ਕਰ ਲਿਆ ਤੇ ਸਨਾਤਨੀ ਸਿੱਖ ਪੈਦਾ ਕਰ ਦਿੱਤੇ ਨੇ ਫੇਰ। ਤਾਂ ਕਿ ਵਿਪਰਦ ਦਾ ਹਮਲਾ ਸਮਝ ਨਾ ਆਵੇ। ਤੇ ਉਸ ਦੇ ਨਾਲ ਤੁਰਨ ਵਾਲੇ ਸਿੱਖਾਂ ਦੇ ਅੰਦਰ ਬੰਦੇ ਬੈਠੇ ਨੇ। ਸਿੱਖ ਸਮਾਜ ਇਸ ਇਸ ਦੀ ਪੁਨਛਾਨ ਕਰਨ ਜੋਗਾ ਸਮਰੱਥ ਹੀ ਨਹੀਂ ਬਣਾਇਆ ਗਿਆ ਇਹ ਕਿੰਨੇ ਬਣਾਉਣਾ ਸੀ ਸਾਡੇ ਆਗੂਆਂ ਨੇ ਬਣਾਉਣਾ ਸੀ ਅੱਜ ਵੀ ਜੇ ਸਾਰੇ ਆਗੂ ਇੱਕ ਦੂਜੇ ਦੇ ਖਿਲਾਫ ਬੋਲਣਾ ਬੰਦ ਕਰ ਦੇਣ ਇਲੈਕਸ਼ਨਾਂ ਉਲੋਕਸ਼ਨਾਂ ਦੀ ਤਿਆਰੀ ਛੱਡ ਦੇਣ ਤੇ ਸਾਰੇ ਇੱਕ ਮੁੱਠੋ ਕੇ ਮੈਂ 11 ਧੜੇ ਤੁਹਾਨੂੰ ਅੱਜ ਦਿਨ ਆਏ ਨੇ 11 ਦੇ 11 ਧੜੇ ਜੇ ਫੈਸਲਾ ਕਰ ਲੈਣ ਵਾਸਤੇ ਤੇ ਦੋ ਧੜੇ ਹੋਰ ਵੀ ਨੇ ਇੱਕ ਰੋਡੇ ਹੋਰਾਂ ਦਾ ਧੜਾ ਵੀ ਹੈਗਾ ਠੀਕ ਆ ਨਾ ਜੀ ਤੇ ਇੱਕ ਪੁਰਾਣੇ ਖਾਲਪੂਆਂ ਦਾ ਧੜਾ ਵੀ ਹੈਗਾ ਜਿਹੜਾ ਚੁੱਪ ਬਾਠਾ ਇਹ ਸਾਰੇ 13 ਦੇ 13 ਧੜੇ ਜੇ ਆਪਸ ਹੀ ਸਿਰ ਜੋੜ ਕੇ ਇਹ ਹੀ ਫੈਸਲਾ ਕਰ ਲਨ ਕਿ ਗੁਰੂ ਗ੍ਰੰਥ ਗੁਰੂ ਪੰਥ ਅਵਲ ਤੇ ਸਿੱਖ ਰਾਤਮਰਿਆ ਦਾ ਲਈ ਕੰਮ ਕਰਾਂਗੇ ਵਿਵਾਦਤ ਮੁੱਦੇ ਸਾਰੇ त्याਗੇ ਜਦੋਂ ਸੋਵਰਨਿਟੀ ਮਿਲੇਗੀ ਉਦੋਂ ਉਹਨਾਂ ਤੇ ਨਿਰਣਾ ਕਰਾਂਗੇ ਸਾਰਾ ਕੁਝ ਸੰਭਾਲਿਆ ਜਾ ਸਕਦਾ ਜੀ ਜੇ ਅਨਿਕ ਨੂੰ ਸੂਚ ਕਰਨਾ ਸਰਦਾਰ ਸਾਹਿਬ ਤੁਸੀਂ ਗੱਲ ਬੜੀ ਵਧੀਆ ਕਹੀ ਹੈ ਕਿ ਸਾਰੇ ਧੜਿਆਂ ਨੂੰ ਕੁਝ ਮਾਮਲਿਆਂ ਤੇ ਇਕੱਠੇ ਹੋ ਜਾਣਾ ਚਾਹੀਦਾ ਕਾਮਨ ਮਿਨਿਮਮ ਪ੍ਰੋਗਰਾਮ ਤੁਸੀਂ ਕਦੀ ਇਸ ਕੌਮ ਦੀ ਬਦਕਿਸਮਤੀ ਦੇਖਿਓ ਤੁਸੀਂ ਮੇਰੇ ਨਾਲੋਂ ਜ਼ਿਆਦਾ ਪੀੜਾ ਹੰਢਾਈ ਹੋਈ ਹੈ ਔਰ ਤੁਸੀਂ ਸਿੱਖ ਸੰਘਰਸ਼ ਦੇ ਪੀੜਤੋ ਮੈਂ ਲਫ਼ਜ਼ ਕਈਆਂ ਨੂੰ ਪਸੰਦ ਨਹੀਂ ਆਣਾ ਸਿੱਖ ਸੰਘਰਸ਼ ਤੋਂ ਪੀੜਤ ਤੋਂ ਭਾਵੇਂ ਹੈ ਕਿ ਸਰਕਾਰ ਦੇ ਵੀ ਜ਼ੁਲਮ ਸਹੇ ਤੇ ਆਪਣੇ ਭਾਈਚਾਰੇ ਦੇ ਵੀ ਜ਼ੁਲਮ ਸਹੇ ਬਿਲਕੁਲ ਸਹੀ ਨੇ ਜੀ ਕੋਈ ਦੋ ਨਾ ਜਿਹੜੀ ਕੌਮ ਆਪਣੇ ਆਗੂ ਦੇ ਪਰਿਵਾਰ ਨੂੰ ਨਹੀਂ ਸਾਂਭ ਸਕਦੀ ਉਸ ਕੌਮ ਦੇ ਉੱਤੇ ਤਾਂ ਫਿਰ ਮੈਂ ਹੁਣ ਕੀ ਲਫ਼ਜ਼ ਵਰਤਾਂ ਖੈਰ ਮੈਂ ਮੁੱਦੇ ਤੇ ਆਉਣਾ ਸਾਡੀ ਬਦਕਿਸਮਤੀ ਦੇਖਿਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੁਸੀਂ ਗੱਲ ਕੀਤੀ ਹੈ 13 ਧੜੇ ਗਿਨੇ 13 ਦੇ ਵਿੱਚੋਂ 12 ਦਾ ਸਿਰਫ ਇੱਕ ਨੁਕਾਤੀ ਪ੍ਰੋਗਰਾਮ ਆ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਪੌੜੀਆਂ ਚੜਾ ਦਿਓ ਪੌੜੀਆਂ ਕਿਸ ਤਰ੍ਹਾਂ ਚੜ੍ਹਣੀਆਂ ਸਾਨੂੰ ਨਹੀਂ ਪਤਾ ਸਾਨੂੰ ਭਾਜਪਾ ਨਾਲ ਸਮਝੌਤਾ ਕਰਨਾ ਪਵੇ ਕਾਂਗਰਸ ਨਾਲ ਸਮਝੌਤਾ ਕਰਨਾ ਪਵੇ ਸਾਨੂੰ ਕਮਿਊਨਿਸਟਾਂ ਨਾਲ ਸਮਝੌਤਾ ਕਰਨਾ ਪਵੇ ਸਾਨੂੰ ਏਜੰਸੀਆਂ ਦੇ ਹੱਥ ਠੋਕੇ ਬੰਨਣਾ ਪਵੇ ਅਸੀਂ ਬਣਨ ਤਿਆਰ ਆ ਲੇਕਿਨ ਇੱਕ ਵਾਰੀ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਪੌੜੀਆਂ ਤੇ ਚੜਾ ਦਿਓ ਪਹਿਲੀ ਗੱਲ ਤਾਂ ਇਹ ਆ ਦੂਸਰੀ ਗੱਲ ਤੁਸੀਂ ਗੱਲ ਕੀਤੀ ਸਿੱਖ ਰਹਿਤ ਮਰਿਆਦਾ ਦੀ ਮੈਂ ਹੈਰਾਨ ਆ ਕਿ ਸੱਤਾਧਾਰੀ ਧਿਰ ਯਾਨੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਤੇ ਰਿਆ ਉਹਨੇ 35 ਸੀਟਾਂ ਸੰਤ ਸਮਾਜ ਨੂੰ ਦੇ ਦਿੱਤੀਆਂ ਕਿ ਤੁਸੀਂ ਆਪਣੇ 35 ਨੁਮਾਇੰਦੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਧਰਮ ਦਾ ਪ੍ਰਚਾਰ ਕਰ ਸਕੀਏ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਅਕਾਲੀ ਦਲ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਨਾ ਦੇ ਬਰਾਬਰ ਅਕਾਲੀ ਦਲ ਬਾਦਲ ਨੂੰ ਖਾਸ ਕਰਕੇ ਉਹਨਾਂ ਨੇ ਸੰਤ ਸਮਾਜ ਨੂੰ ਦੇ ਦਿੱਤੀਆਂ 35 ਸੀਟਾਂ ਇਹ ਸੰਤ ਸਮਾਜ ਨੇ ਉਹ ਬੰਦੇ ਚੁਣ ਕੇ ਭੇਜੇ ਜਿਨ੍ਹਾਂ ਦਾ ਕੰਮ ਹੀ ਵਿਵਾਦ ਪੈਦਾ ਕਰਨਾ ਹੈ ਰਹਿਤ ਮਰਿਆਦਾ 'ਚ ਤਬਦੀਲੀ ਕੀਤੀ ਜਾਵੇ ਰਹਿਰਾਸ ਵੱਡੀ ਕੀਤੀ ਜਾਵੇ ਮੂਲ ਮੰਤਰ ਵੱਡਾ ਕੀਤਾ ਜਾਵੇ ਇਤਿਹਾਸ ਦੇ ਵਿੱਚ ਆਹ ਗਲਤ ਲਿਖਿਆ ਇਹਨੂੰ ਠੀਕ ਕੀਤਾ ਜਾਵੇ ਕੀ ਗਲਤ ਲਿਖਿਆ ਕਿ ਜੋ ਗੁਰਮਤ ਵਿਰੋਧੀ ਗੱਲਾਂ ਨੇ ਉਹ ਉਹਨਾਂ ਨੂੰ ਠੀਕ ਲੱਗਦੀਆਂ ਬਦਕਿਸਮਤੀ ਸਾਡੀ ਇਹ ਹੈ ਕਿ ਸਾਡੇ ਲੀਡਰ ਉਹਨਾਂ ਨੂੰ ਹੀ ਧਾਰਮਿਕ ਸਮਝੀ ਬੈਠੇ ਨੇ ਜਿਨ੍ਹਾਂ ਦਾ ਧਰਮ ਨਾਲ ਦੂਰ ਦਾ ਵੀ ਵਾਅ ਵਾਸਤਾ ਨਹੀਂ ਹੈ। ਉਹ 35 ਦੇ 35 ਉਹਨਾਂ ਵਿੱਚੋਂ ਧਰਮ ਪ੍ਰਚਾਰ ਕਮੇਟੀ ਦੀ ਜੇ ਗੱਲ ਕਰ ਲਈ ਜਾਵੇ। ਧਰਮ ਪ੍ਰਚਾਰ ਕਮੇਟੀ 'ਚ ਵੀ ਉਹ ਮੈਂਬਰ ਸ਼ਾਮਲ ਨੇ ਜਿਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਨੂੰ ਮੰਨਿਆ ਹੀ ਨਹੀਂ। ਬਿਲਕੁਲ। ਜਿਨ੍ਹਾਂ ਨੇ ਕਦੇ ਵੀ ਤੁਹਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੈਅ ਕੀਤੀ ਸਿੱਖ ਦੀ ਪਰਿਭਾਸ਼ਾ ਨੂੰ ਵੀ ਨਹੀਂ ਮੰਨਿਆ। ਬਿਲਕੁਲ। ਅਸੀਂ ਉਹਨਾਂ ਨੂੰ ਧਰਮ ਪ੍ਰਚਾਰ ਦੇ ਦਿੱਤਾ। ਤੇ ਸਾਡੀ ਹਾਲਤ ਇਹੀ ਹੋਣੀ ਸੀ ਤੁਸੀਂ ਗੱਲ ਕੀਤੀ ਅਖੰਡ ਕੀਰਤਨੀ ਜੱਥੇ ਦੀ ਸਿੱਖਾਂ ਵਾਸਤੇ ਸਭ ਤੋਂ ਸਰਵੋੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਬਿਲਕੁਲ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਸਾਡੇ ਕੋਲ ਕੁਝ ਨਹੀਂ ਬਾਕੀ ਗ੍ਰੰਥਾਂ ਦੀ ਮੈਂ ਗੱਲ ਨਹੀਂ ਕਰਦਾ ਮੈਂ ਦਸਮ ਦੀ ਗੱਲ ਨਹੀਂ ਕਰਦਾ ਸੂਰਜ ਪ੍ਰਕਾਸ਼ ਦੀ ਗੱਲ ਨਹੀਂ ਕਰਦਾ ਪੰਥ ਪ੍ਰਕਾਸ਼ ਦੀ ਗੱਲ ਨਹੀਂ ਕਰਦਾ ਮੈਂ ਬਾਕੀ ਗ੍ਰੰਥਾਂ ਨੂੰ ਪਾਸੇ ਕਰ ਦਿੰਨੇ ਸਰਬ ਲੋਗ ਗ੍ਰੰਥ ਪਾਸੇ ਗੁਰੂ ਗ੍ਰੰਥ ਸਾਹਿਬ ਉਹ ਤਾਂ ਗੁਰੂ ਗ੍ਰੰਥ ਸਾਹਿਬ ਤਾਂ ਵੀ ਸਵਾਲੀਆ ਚਿੰਨ੍ਹ ਲਾਈ ਜਾਂਦੇ ਨੇ ਕਿ ਰਹਿ ਰਾਗਮਾਲਾ ਗੁਰਬਾਣੀ ਨਹੀਂ ਹੈ ਦਸੋ ਜਦੋਂ ਪੰਥ ਨੇ ਇੱਕ ਫੈਸਲਾ ਕਰ ਲਿਆ ਕਿ ਆ ਸਾਡਾ ਸ਼ਬਦ ਗੁਰੂ ਦਾ ਸਿਧਾਂਤ ਆ ਇਹਦੇ ਵਿੱਚ ਕੋਈ ਛੇੜਛਾੜ ਨਹੀਂ ਹੋ ਸਕਦੀ ਉਹ ਅਖੰਡ ਕੀਰਤਨੀਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਲਾਈ ਜਾਂਦੇ ਨੇ ਫਿਰ ਕਹਿੰਦੇ ਅਸੀਂ ਗੁਰੂ ਕੇ ਪੱਕੇ ਸਿੱਖ ਇਸ ਕੌਮ ਦਾ ਬਣੇਗਾ ਕੀ ਇਹ ਕੌਮ ਪੰਬਲ ਭੂਸਿਆਂ ਚ ਪਾ ਦਿੱਤੀ ਗਈ ਐ ਤੁਹਾਨੂੰ ਮੂਲ ਮੰਤਰ ਚ ਉਲਝਾਉਂਦਾ ਤੁਹਾਨੂੰ ਪਾਠ ਵਿੱਚ ਉਲਝਾਉਂਦਾ ਤੁਹਾਨੂੰ ਤੁਸੀਂ ਮੈਂ ਕਈ ਵਾਰੀ ਦੇਖਦਾ ਕਿ ਸਾਨੂੰ ਉਲਝਣ ਦਾ ਟੰਗ ਕਿੱਡਾ ਵਧੀਆ ਕੱਢਿਆ ਤੁਸੀਂ ਪਾਠ ਸਹੀ ਨਹੀਂ ਕਰਦੇ ਅਸੀਂ ਤੁਹਾਨੂੰ ਸ਼ੁੱਧ ਬਾਣੀ ਪੜ੍ਹਨੀ ਸਿਖਾਵਾਂਗੇ ਹਮਲੇ ਤਾਂ ਵਾਕਿਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਬਾਹਰੀ ਹਮਲਿਆਂ ਦੇ ਨਾਲ ਨਾਲ ਅੰਦਰੂਨੀ ਹਮਲੇ ਵੀ ਹੈਗੇ ਨੇ ਪਰ ਅੰਦਰੂਨੀ ਹਮਲਿਆਂ ਦਾ ਹੱਲ ਵੀ ਸਾਡੇ ਕੋਲ ਕੋਈ ਨਹੀਂ ਹੈਗਾ ਅੰਦਰੂਨੀ ਹਮਲਿਆਂ ਤੋਂ ਬਚਣ ਵਾਸਤੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਜਿਹੜੇ ਸਿੱਖ ਆਗੂ ਔਰ ਸਿੱਖ ਸੰਸਥਾਵਾਂ ਤੇ ਪੜਿਆ ਲਿਖਿਆ ਸਮਾਜ ਆ ਕਹਿੰਦਾ ਕਿ ਗੁਰੂ ਗ੍ਰੰਥਵਲ ਉਹ ਕਹਿੰਦੇ ਹੀ ਕੰਦੇ ਨੇ ਮੰਨਦੇ ਹੋ ਵੀ ਨਹੀਂ ਬਿਲਕੁਲ ਠੀਕ ਹੈ ਜੇ ਉਹ ਕਹਿੰਦੇ ਨੇ ਗੁਰਗ੍ਰੰਥਵਲ ਤੇ ਉਹਨਾਂ ਨੂੰ ਫਿਰ ਨਾਮ ਕਰਨਾ ਚਾਹੀਦਾ ਗੁਰਪੰਥ ਵੀ ਅਵਲ ਜੀ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ ਨਾ ਜੀ ਬਿਲਕੁਲ ਠੀਕ ਹੈ ਪਰ ਉਹ ਉਹ ਪੰਥ ਨੂੰ ਵੀ ਵੰਡ ਚੁੱਕੇ ਨੇ ਪੰਜ ਪਿਆਰੇ ਤਕਸਾਲ ਦੇ ਪੰਜ ਪਿਆਰੇ ਅਖੰਡ ਕੀਰਤਨੀ ਜੱਥੇ ਦੇ ਪੰਜ ਪਿਆਰੇ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਮਜਬੀ ਸਿੱਖਾਂ ਦੇ ਪੰਜ ਪਿਆਰੇ ਅਕਾਲੀ ਦਲ ਦੇ ਪੰਜ ਪਿਆਰੇ ਫਲਾਣਿਆਂ ਦੇ ਪੰਜ ਪਿਆਰੇ ਫਲਾਣਿਆਂ ਦੇ ਕਿੰਨੇ ਹੀ ਪੰਜ ਪਿਆਰੇ ਹੋ ਗਏ ਜੇ ਤਾਂ ਪੰਜ ਪ੍ਰਧਾਨੀ ਸਿਸਟਮ ਵੀ ਸਿੱਖ ਨਹੀਂ ਸਮਝ ਸਕੇ ਨਵੀਆਂ-ਨਵੀਆਂ ਜੱਥੇਬੰਦੀਆਂ ਮੰਨਦੀਆਂ ਨੇ ਪੰਜ ਪ੍ਰਧਾਨੀ ਸਿਸਟਮ ਵਿੱਚ ਸਰਵਤਖਾਲ ਸੇ ਬੰਦੇ ਨੇ ਪੰਜ ਪ੍ਰਧਾਨੀ ਸਿਸਟਮ ਵਿੱਚ ਸਮਝੇ ਕੋਈ ਵੀ ਨਹੀਂ ਕਿ ਪੰਜ ਪਿਆਰਿਆਂ ਨੂੰ ਸੰਸਥਾ ਦੇ ਰੂਪ ਵਿੱਚ ਸਥਾਪਿਤ ਨਹੀਂ ਕੀਤਾ ਜਾ ਸਕਦਾ ਉਹ ਇੱਕੋ ਸੀ ਬਾਸ ਕਦੇ ਉਹ ਜਿਹੜਾ ਸਿਸਟਮ ਹੈਗਾ ਉਹ ਅਡ ਸਿਸਟਮ ਹੈ ਉਹਨੂੰ ਵੀ ਸਮਝਣਾ ਪੈਣਾ ਤੇ ਆਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨ ਵਾਲਿਆ ਪੰਥ ਦੇ ਅੰਦਰ ਕੁੰਬਾ ਹੈਗਾ ਪਰਿਵਾਰ ਹੈਗਾ ਉਸ ਪਰਿਵਾਰ ਨੂੰ ਵੀ ਆਪਣਾ ਇੱਕ ਮਿਨੀਮਮ ਅਜੰਡਾ ਬਣਾ ਕੇ ਤੁਰਨਾ ਪੈਣਾ ਹੈ ਤੁਰਨਾ ਪੈਣਾ कि ओ भी उस एजेंडे ते सारे विवाद ਛੱਡ ਦੇ। जो गुरु ग्रंथ साहिब जी, जी है परवान कर। ਉਸ ਵਿੱਚ ਕਿਸੇ ਦੇ ਰਕੀਬ ਬਣਾ ਕੇ ਪੈਦਾ ਨਾ ਕਰਨ ਜਦ ਮੰਨ ਲਿਆ ਗਿਆ ਕਿ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਵਾ ਬਾਕੀ ਜਿੰਨੇ ਵੀ ਗ੍ਰੰਥ ਨੇ ਉਹਨਾਂ ਨੂੰ ਕੋਈ ਮਾਨਤਾ ਨਹੀਂ ਹੈ ਧਰਮ ਵਿੱਚ। ਉਹਨਾਂ ਨੂੰ ਕੋਈ ਮਾਨਤਾ ਨਹੀਂ ਹੈ ਰਾਜਨੀਤੀ ਵਿੱਚ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਨਤਾ ਦੇ ਰਹੇ ਹਾਂ। ਠੀਕ ਆ ਨਾ ਜੀ? ਤੇ ਹਲੇ ਆ ਸਾਰੇ ਮੁੱਦੇ ਛੱਡ ਕੇ ਸਿਰਫ ਐਸੇ ਮੁੱਦੇ ਤੇ ਆ ਕੇ ਪੰਥ ਅਵਲ ਨੂੰ ਖੜਾ ਕੀਤਾ ਜਾਵੇ ਪੰਥ ਅਵਲ ਨੂੰ ਖੜਾ ਕਿਵੇਂ ਕਰਨਗੇ ਪੰਥ ਅਵਲ ਤਾਂ ਖੜਾ ਹੋਏਗਾ ਮੈਂ ਮਿਸਲਾਂ ਦੀ ਉਦਾਹਰਨ ਤਾਂ ਦਿੰਦੇ ਨੇ ਮਿਸਲਾਂ ਦਾ ਕਿਰਦਾਰ ਨਹੀਂ અપਨਾ ਸਕਦੇ ਆ ਜੇ 12 ਮਿਸਲਾਂ ਸੀ ਤੇ 12 ਮਿਸਲਾਂ ਉਸ ਵੇਲੇ ਦਾ ਸਮਾਂਕਾਲ ਸੀ ਉਹ ਆਪੋ ਆਪਣੇ ਭੂਗੋਲਿਕ ਖੇਤਰ ਦੇ ਸਰਦਾਰ ਸੀ ਉਹਨਾਂ ਨੇ ਆਪਣੀ ਸੋਵਰਨਿਟੀ ਕਾਇਮ ਕੀਤੀ ਸੀ ਪਰ ਜਿਸ ਵੇਲੇ ਪੰਥ ਦੇ ਨਿਰਣੈ ਚਾਹੰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਭਾਜ ਜਾਂਦੇ ਸੀ ਗੁਰੂ ਪੰਥ ਦੀ ਸ਼ਰਨ ਆ ਜਾਂਦੇ ਸੀ ਤੇ ਜਿਹੜੇ ਨਿਰਣੇ ਹੁੰਦੇ ਸੀ ਉਹ 12 ਮਿਸਲਾਂ ਵਿੱਚ ਸਿੱਖੀ ਦੇ ਲਾਗੂ ਕਰਵਾਈ ਜਾਂਦੇ ਸੀ ਉਹਨਾਂ 13 ਜਥੇਬੰਦੀਆਂ ਨੇ ਦਾ ਨਾਮ ਹੈ 13 ਧੜੇ ਨੇ ਕੀ ਆ ਉਹ ਕਿਰਦਾਰ ਅਪਣਾ ਸਕਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਵਾਰੀ ਇਕੱਤਰ ਹੋ ਜਾਣ ਬੈਠਣ ਆਪਸਿਰ ਜੋੜ ਕੇ ਕਮਰਾ ਬੰਦ ਕਰਕੇ ਬਹਿ ਜਾਣ 13 13 ਦੇ 13 ਪ੍ਰਮੁੱਖ ਬਹਿ ਜਾਣ ਕਮਰਾ ਕਾਹਦਾ ਜੀ ਉਦੋਂ ਤੱਕ ਖੁੱਲੇਗਾ ਹੀ ਨਹੀਂ ਜਦ ਤੱਕ ਅਸੀਂ ਮਿਨੀਮਮ ਇੱਕ ਮੁੱਦੇ ਤੇ ਸਮਤ ਨਹੀਂ ਹੋ ਜਾਂਦੇ ਜਿੰਨੀਆਂ ਪੱਗਾਂ ਲਾਹਣੀਆਂ ਨੇ ਅੰਦਰ ਲਾ ਲਓ ਇੱਕ ਦੂਜੇ ਤੇ ਜਿੰਨੇ ਮਾਰ ਕਰਨੇ ਨੇ ਕਰ ਲਓ ਸਿਧਾਂਤਕ ਅਤੇ ਸੰਕਲਪਕ ਤੌਰ ਤੇ ਗੁਰਮਤਿ ਪ੍ਰਣਾਲੀ ਨਾਲ ਗੁਰੂ ਗ੍ਰੰਥ ਤੇ ਗੁਰੂ ਪੰਥ ਲਈ ਇਕਮਤ ਹੋ ਕੇ ਤਾਂ ਨਿਕਲੋ ਨਾ ਬਾਹਰ ਤੇ ਕਹੋ ਜੀ ਅਸੀਂ ਇਹ ਸਾਰੇ ਹੀ ਕਮਾਤ ਅੱਡੋ ਅੱਡ ਤੁਸੀਂ ਚਲਣਾ ਚੱਲੀ ਜਾਓ ਪਰ ਕੋਹਿਆ ਇਹਨਾਂ ਮੁੱਦਿਆਂ ਤੇ ਅਸੀਂ ਇਕਮਾਤਾ ਹਨਾਂ ਤੇ ਕੋਈ ਵੀ ਦੁਬਿਦਾ ਨਹੀਂ ਹੈ ਕੋਈ ਕਿੰਤੂ ਨਹੀਂ ਹੈ ਤੇ ਕੋਈ ਵੀ ਵਾਰ ਅਸੀਂ ਨਹੀਂ ਸਵਾਂਗੇ ਸਾਰੇ ਪਿੱਠ ਨਾਲ ਪਿੱਠ ਜੋੜ ਕੇ ਲੜਾਂਗੇ ਕਿ ਇਹਨਾਂ ਕੋਈ ਨਹੀਂ ਕਰ ਸਕਦੇ ਜਿਹੜਾ ਸਾਰੇ ਹੀ ਧਰਮ ਦਾ ਖਾਰੇ ਨੇ ਨਾ ਜੀ ਸਿੱਖਾਂ ਦਾ ਹੀ ਖਾਰੇ ਨੇ ਸਿੱਖੀ ਇਹਨਾਂ ਨੂੰ ਸ਼ਕਤੀ ਦੇ ਰਹੇ ਨੇ ਤੇ ਫਿਰ ਸਿੱਖੀ ਵਾਸਤੇ ਇੰਨਾ ਕੁ ਜੇ ਪ੍ਰੋਗਰਾਮ ਨਹੀਂ ਕਰ ਸਕਦੇ ਤੇ ਫਿਰ ਖਾਲਸਾ ਪੰਥ ਨੂੰ ਇਹਨਾਂ ਨੂੰ ਕਹਿਣਾ ਚਾਹੀਦਾ ਹੱਥ ਜੁੜੇ ਭਾਈ ਤੁਸੀਂ ਘਰਾਂ ਨੂੰ ਜਾਓ ਅਸੀਂ ਆਪਣਾ ਪ੍ਰਬੰਧ ਆਪੇ ਸੰਭਾਲ ਲਾਂਗੇ ਵੀਰ ਜੀ ਤੁਹਾਡੀ ਗੱਲ ਬਿਲਕੁਲ ਠੀਕ ਆ ਮੈਂ ਤੁਹਾਡੀ ਗੱਲ ਦੇ ਵਿੱਚ ਇੱਕ ਜਵਾਬ ਦੇ ਵਿੱਚ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਪੰਥ ਦੇ ਵਿੱਚ ਜਦੋਂ ਵੀ ਕੋਈ ਵਿਪਤਾ ਬਣਦੀ ਹੈ ਬਾਰੀ ਹਮਲਾ ਹੁੰਦਾ ਹੈ ਸਾਡੇ ਅੰਦਰੂਨੀ ਹਮਲਾਵਰ ਵੀ ਸਰਗਰਮ ਹੋ ਜਾਂਦੇ ਨੇ ਮੈਂ ਮਿਸਾਲ ਦੇਣਾ ਚਾਹਨਾ ਸਰਬਤ ਖਾਲਸੇ ਦੀ ਜਿਹੜਾ 2015 ਵਿੱਚ ਕਰਵਾਇਆ ਗਿਆ ਜੀ ਅਸੀਂ ਉਹਦੇ ਵਿੱਚ ਜਥੇਦਾਰ ਦੇ ਪੈਰਲਰਿਕ ਜਥੇਦਾਰ ਲਗਾ ਦਿੱਤਾ ਤੁਸੀਂ ਇੱਕ ਚੀਜ਼ ਨੋਟ ਕਰੋ ਅਸੀਂ ਤਿੰਨ ਸੰਸਥਾਵਾਂ ਦਾ ਨੁਕਸਾਨ ਕੀਤਾ ਸਭ ਤੋਂ ਪਹਿਲਾਂ ਜਥੇਦਾਰ ਸੰਸਥਾ ਅਕਾਲ ਤਖਤ ਸੰਸਥਾ ਔਰ ਤੀਜੀ ਸੰਸਥਾ ਜਿਹੜੀ ਅਪੁਆਇੰਟ ਉਹਦੀ ਅਪੁਆਇੰਟ ਕਰਦੀ ਸੀਗੀ ਜਥੇਦਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਤਿੰਨਾਂ ਨੂੰ ਟਿਚ ਕਰਦਿਆਂ ਹੋਇਆ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੇ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਜਥੇਦਾਰ ਬਣਵਾ ਦਿੱਤਾ ਤੇ ਕੁਝ ਦਿਨਾਂ ਬਾਅਦ ਹੀ ਬਿਆਨ ਜਾਰੀ ਕਰਕੇ ਕਿਹਾ ਕਿ ਭਾਈ ਜਗਤਾਰ ਸਿੰਘ ਨੂੰ ਧਰਮ ਦੀ ਸਮਝ ਨਹੀਂ ਹੈ ਤੇ ਫਿਰ ਉਹ ਅਕਾਲ ਤਖਤ ਦੇ ਜਥੇਦਾਰ ਕਿਸ ਗੱਲ ਦੇ ਰਹੇ ਪਹਿਲੀ ਗੱਲ ਤਾਂ ਇਹ ਆ ਦੂਸਰੀ ਗੱਲ ਕੀ ਸਾਨੂੰ ਸੰਸਥਾਵਾਂ ਦੇ ਬਰਾਬਰ ਸੰਸਥਾ ਬਣਾਣੀ ਚਾਹੀਦੀ ਹੈ ਮੈਂ ਤੁਹਾਨੂੰ ਇਹਦੇ ਬਾਰੇ ਵਿੱਚ ਤੁਹਾਡੀ ਰਾਏ ਜਾਣਨੀ ਚਾਹੀਦੀ ਮੈਂ ਤੁਹਾਨੂੰ ਪਹਿਲਾਂ ਕਿਹਾ ਸਰਦਾਰ ਚਰਨਜੀਤ ਸਿੰਘ ਜੀ ਸਿੱਖ ਆਪਣੀ ਜੜ ਤੋਂ ਪੁੱਟਿਆ ਜਾ ਚੁੱਕਾ ਹੈ ਤੇ ਇੱਕ ਕਹਾਵਤਾ ਨਾ ਬਿਨ ਪੈਂਦੇ ਕਾ ਲੋਟਾ ਜੀ 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 ਉਹ ਬਣਾਇਆ ਜਾ ਚੁੱਕਾ ਹੈ ਅੱਜ ਦੇ ਕੋਲ ਆਪਣਾ ਆਧਾਰ ਗੁਰੂ ਗ੍ਰੰਥ ਗੁਰੂ ਪੰਥ ਤੋਂ ਛੱਡਿਆ ਹੀ ਨਹੀਂ ਕਿਸੇ ਨੇ ਮੈਂ ਤਾਂ ਬਾਰ ਬਾਰ ਕਹ ਰਿਹਾ ਕਿ ਜਣਾ ਗੁਰੂ ਗ੍ਰੰਥ ਤੇ ਗੁਰੂ ਪੰਥ ਹੀ ਚਲਾਨੀਆਂ ਲਾਜ਼ਮੀ ਨੇ ਸੰਸਥਾਵਾਂ ਕਦੇ ਵੀ ਖਰਾਬ ਨਹੀਂ ਹੁੰਦੀਆਂ ਸੰਸਥਾਵਾਂ ਤੇ ਕੰਮ ਕਰਨ ਵਾਲੇ ਵਿਅਕਤੀ ਖਰਾਬ ਹੋ ਸਕਦੇ ਨੇ ਤੇ ਹੁੰਦੇ ਰਹੇ ਨੇ ਸੰਸਥਾਵਾਂ ਖਰਾਬ ਹੁਣ ਅਕਾਲੀ ਦਲ ਵਤੌਰ ਸੰਸਥਾ ਖਰਾਬ ਨਹੀਂ ਹੈਗਾ ਬਿਲਕੁਕੁਲ ਅਕਾਲੀ ਦਲ ਦੇ ਕਾਬਜ ਜਿਹੜੇ ਉਹਨੂੰ ਚਲਾ ਰਹੇ ਨੇ ਉਹਨਾਂ ਹੀ ਛੜਾਬੀਆਂ ਨੇ ਜਿਸ ਕਰਕੇ ਸੰਸਥਾ ਦੇ ਉੱਤੇ ਉਂਗਲ ਚੁੱਕੀ ਜਾਂਦੀ ਹੈ ਸਰੀ ਅਕਾਲ ਤੱਕ ਸਾਫ ਤੇ ਉਂਗਲ ਨਹੀਂ ਚੁੱਕੀ ਜਾਂਦੀ ਖਾਲਸਾ ਪੰਥ ਵੱਲੋਂ ਉਹਦੇ ਜਥੇਦਾਰਾਂ ਤੇ ਅਪੁਆਇੰਟਿੰਗ ਅਥਾਰਟੀ ਤੇ ਉਂਗਲ ਚੁੱਕੀ ਜਾਂਦੀ ਹੈ ਤੇ ਸਿੱਖਾਂ ਨੂੰ ਪਹਿਲਾਂ ਤਾਂ ਸੋਚ ਲਾਣਾ ਚਾਹੀਦਾ ਕਿ ਆਪਣੀਆਂ ਹੀ ਸੰਸਥਾਵਾਂ ਦੇ ਖਿਲਾਫ ਮੁਤਵਾਜੀ ਪ੍ਰਬੰਧ ਕਰਕੇ ਦੇਣ ਦੀਆਂ ਰਵਾਇਤਾਂ ਨੂੰ ਬੰਦ ਕਰੋ ਬਿਲਕੁਲ ਠੀਕ ਹੈ ਆਪਣੇ ਆਪ ਨੂੰ ਇਸ ਕਦਰ ਬੁਲੰਦ ਕਰੋ ਕਿ ਤੁਸੀਂ ਸੰਸਥਾ ਵਿੱਚ ਵੜ ਕੇ ਸੰਸਥਾ ਨੂੰ ਸੰਭਾਲੋ ਸੰਸਥਾ ਵਿੱਚ ਵੜ ਕੇ ਸੰਸਥਾ ਨੂੰ ਸੰਭਾਲਣ ਵਾਸਤੇ ਤੁਹਾਨੂੰ ਕੌਬਜ ਧਿਰ ਦੇ ਬਰਾਬਰ ਦਾ ਤਹਾਨ ਦਾ ਬੰਨਾ ਪੈਣਾ ਉਹ ਤੁਸੀਂ ਬਣ ਨਹੀਂ ਸਕਦੇ ਇਸ ਕਰਕੇ ਤੁਸੀਂ ਕਦੇ ਸਰਕਾਰੀ ਸਹਾਇਤਾ ਮੰਗ ਲੈਂਦੇ ਹੋ ਕਦੇ ਸਮਾਜ ਦੀ ਮੰਗ ਲੈਂਦੇ ਹੋ ਕਦੇ ਏਜੰਸੀਆਂ ਦੀ ਕਦੇ ਭਾਸ਼ਪਾ ਦੀ ਕਦੇ ਕਾਂਗਰਸ ਦੀ ਬਾਈ ਹੁੱਕ ਬਾਈ ਕਰੋਕਾ ਸੀਤਾ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਪੋੜੀਆਂ ਚੜਨੀਆਂ ਨੇ ਤੇ ਉਸ ਬਾਏ ਹੁੱਕ ਬਾਏ ਕਰੁਕੇ ਚ ਕਿਤੇ ਵੀ ਨਹੀਂ ਆਂਦਾ ਕਿ ਤੁਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਬਾਹ ਫੜ ਲਓ ਉਂਗਲ ਫੜ ਲਓ ਹੁਣ ਨੂੰ ਤਿਆਰ ਕਰ ਲਓ ਹੁਣ ਉਹਨੂੰ ਤਿਆਰ ਕਰਨਾ ਥੋੜਾ ਔਖਾ ਹੈ ਇਸ ਕਰਕੇ ਔਖੇ ਰਾਹ ਤੇ ਕੋਈ ਵੀ ਨਾ ਕੇ ਬੁੱਧੀਜੀਵੀ ਤੁਰਨਾ ਚਾਹੁੰਦਾ ਜੇ ਨਾ ਕੋਈ ਲੀਡਰ ਨਾ ਕੋਈ ਧਾਰਮਿਕ ਆਗੂ ਕਿਉਂਕਿ ਸਰਦਾਰ ਧਾਰਮਿਕ ਤੌਰ ਤੇ ਇਤਨਾ ਜ਼ਿਆਦਾ ਖੰਡਰਾ ਪੈਦਾ ਕੀਤਾ ਜਾ ਚੁੱਕਾ ਜਿਵੇਂ ਅਸੀਂ ਪਹਿਲਾਂ ਕਿਹਾ ਸੀ 13000 ਦੇ ਲਗਭਗ 12887 ਪਿੰਡ ਨੇ ਤੇ 1 ਲੱਖ 10000 ਦੇਰੇ ਹੀ ਨੇ ਤੇ ਐਨੇ ਵੱਡੇ ਖਲਾ ਨੂੰ ਕਿਹੜਾ ਜੁਰਰਤ ਵਾਲਾ ਬੰਦਾ ਭਰੇਗਾ ਉਹਦਾ ਮਤਲਬ ਸਪਸ਼ਟ ਇਹ ਹੋ ਗਿਆ ਕਿ ਇੱਕ ਪਿੰਡੇ ਚ ਵੀ ਜੇ ਤੁਸੀਂ ਕੰਮ ਕਰਨਾ ਤੇ ਤੁਸੀਂ ਘਟੋ ਘਟ 23 ਬਰਾਬਰ ਦੀਆਂ ਵਿਰੋਧੀ ਤਾਕਤਾਂ ਨਾਲ ਲੜਨਾ ਜਿਹੜੀਆਂ 23 ਵਿਰੋਧੀ ਤਾਕਤਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਖਿਲਾਫ ਖੜੀਆਂ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸਿਰ ਤੇ ਚੁੱਕ ਕੇ ਖੜੀਆਂ ਨੇ ਠੀਕ ਉਵੇਂ ਹੀ ਜਿਵੇਂ ਠਾਣੀ ਚ ਗੁਰੂ ਗ੍ਰੰਥ ਸਾਹਿਬ ਜੀ ਪਹੁੰਚ ਗਏ ਸੀ ਤੇ ਇੰਜ ਧਰਮ ਦਾ ਸੁਧਾਰ ਨਹੀਂ ਜੇ ਹੋਣਾ ਅੱਛਾ ਵੀਰ ਜੀ ਮੈਂ ਇੱਕ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹਨਾ ਜਿਹੜਾ ਬੜਾ ਮੈਨੂੰ ਲੱਗਦਾ ਕਿ ਜ਼ਰੂਰੀ ਹੈ ਇਸ ਸਾਰੇ ਸੰਦਰਭ ਦੇ ਵਿੱਚ ਸਿੱਖ ਬੁੱਧੀਜੀਵੀ ਕਿੱਥੇ ਖਲੋਤਾ ਹੈ ਮੈਨੂੰ ਤਾਂ ਅਜ ਤੱਕ ਇਹ ਹੀ ਨਹੀਂ ਸਮਝ ਆਇਆ ਮਾਫੀ ਨਾਲ ਸਾਰੇ ਵਿਦਵਾਨਾਂ ਤੋਂ ਵਿਦਵਤਾ ਹੈ ਸਾਰਿਆਂ 'ਚ ਪਰ ਬੁੱਧੀਜੀਵੀ ਜੀਵ ਕਿਹੜਾ ਹੈਗਾ ਜੇ ਸਿੱਖ ਕੌਮ 'ਚ ਮੈਨੂੰ ਤਾਂ ਅਜ ਤੱਕ ਨਜ਼ਰ ਨਹੀਂ ਆਇਆ ਕੋਈ ਆ ਤਾਂ ਸਰਕਾਰੀ ਤੂਤੀ 'ਚ ਬੋਲਦਾ ਜਾਂ ਯੂਨੀਵਰਸਿਟੀ ਵਾਲੀ ਤੂਤੀ 'ਚ ਬੋਲਦਾ ਜਾਂ ਪਾਸਪਾਦੀ ਤੂਤੀ 'ਚ ਬੋਲਦਾ ਜਾਂ ਨਾਗਪੁਰ ਦੀ ਤੂਤੀ 'ਚ ਬੋਲਦਾ ਜਾਂ ਵਿਪਰਵਾਦ ਦੀ ਤੂਤੀ 'ਚ ਬੋਲਦਾ ਯਾ ਆਪਣੀਆਂ ਲਾਲਸਾਵਾਂ ਇੱਛਾਵਾਂ ਦੀ ਪੂਰਤੀ ਲਈ ਉਹਦਿਆਂ ਦੀ ਤੂਤੀ ਚ ਬੋਲਦਾ ਇਹ ਬੋਧਿਕਤਾ ਤਾਂ ਨਹੀਂ ਹੁੰਦੀ ਭਾਈ ਇਹਨੂੰ ਬੁੱਧੀਜੀਵੀ ਕਿਹਾ ਜਾ ਸਕਦਾ ਇਹ ਤਾਂ ਬੋਧਿਕਤਾ ਅਤੇ ਆਪਣੇ ਗਿਆਨ ਨੂੰ ਨਿਲਾਮ ਕਰਕੇ ਨਿਲਾਮ ਨਿਲਾਮੀ ਤੇ ਲਾ ਕੇ ਆਪਣੀਆਂ ਸਵੈ ਇੱਛਾਵਾਂ ਲਾਲਸਾਵਾਂ ਦਾ ਪੂਰਤੀਕਰ ਵਰਗ ਬਣ ਗਿਆ ਇੱਕ ਅਸ ਤੋਂ ਸਿਵਾ ਸਿਖਾਈਂ ਚ ਮੈਨੂੰ ਤਾਂ ਨੀ ਜਨ ਨਜ਼ਰ ਆਂਦਾ ਹਾਂ ਜੇ ਸਿਖਾਈਂ ਚ ਬੁੱਧੀਮਾਨਤਾ ਤੇ ਬੁੱਧੀ ਜੀਵੀ ਸੀ ਤੇ ਉਹ ਗਿਆਨੀ ਦਿੱਤ ਸਿੰਘ ਜੀ ਸੀ ਗਿਆਨੀ ਗੁਰਮੁਖ ਸਿੰਘ ਜੀ ਸੀ ਸਾਡੇ ਕੋਲਿਆ ਦੋ ਸਾਨੂੰ ਕੋਈ ਹੈ ਤਾਂ ਫੇਰ ਮੈਂ ਕਹਾਂਗਾ ਕਿ ਸਿੱਖ ਬੁੱਧੀ ਜੀਵੀ ਹੋਊ ਜਿਆ ਹੋਣਾ ਚਾਹੀਦਾ ਇੱਥੇ ਤਾਂ ਸਾਰੇ ਹੀ ਕਿਸੇ ਕਿਸੇ ਨਾਲ ਕਿਸੇ ਉੱਤੇ ਚੇਰਮੈਨੀ ਵੀਸੀ ਸ਼ੇਪ ਪ੍ਰੋਫੈਸਰਸ਼ਿਪ ਲੈਕਚਰਰਸ਼ਿਪ ਕੁਝ ਵੀ ਨਾ ਮਿਲੇ ਤੇ ਭਾਈ ਖਾਲਸਾ ਕਾਲਜ ਚ ਟੀਚਰ ਇਹੀ ਲਾ ਦਿਓ ਉਹ ਵੀ ਨਹੀਂ ਹੈਗੀ ਚਲੋ ਕਿਤੇ ਸਾਨੂੰ ਚਪਲਾਸੀ ਇਹੀ ਲਾ ਦਿਓ ਐਸ ਲੇਵਲ ਤੇ ਤੁਰੇ ਫਿਰਦੇ ਆਂ ਅਸੀਂ ਤਾਂ ਸਾਰੇ ਤੇ ਮੈਨੇਜਮੈਂਟ ਦਾ ਸਿੱਖ ਕੌਮ ਦਾ ਘਾਨ ਪੜ੍ਹੇ ਲਿਖੇ ਸਮਾਜ ਨੇ ਜ਼ਿਆਦਾ ਕੀਤਾ ਤਰਕਵਾਦੀਆਂ ਨੇ ਜ਼ਿਆਦਾ ਕੀਤਾ ਰੋਸ਼ਨਾ ਕੀ ਜੇ ਉੱਤਰ ਦੀ ਜੇ ਆਲਿਆਂ ਨੇ ਜ਼ਿਆਦਾ ਕੀਤਾ ਗਾਂ ਕੇ ਆਮ ਸਧਾਰਨ ਸਿੱਖ ਨੇ ਆਮ ਸਧਾਰਨ ਸਿੱਖ ਦਾ ਕੋਈ ਦੋਸ਼ ਨਹੀਂ ਜੇਗਾ ਉਹਨੂੰ ਤਾਂ ਜਿਵੇਂ ਜਿਵੇਂ ਸਮਝਾਇਆ ਗਿਆ ਉਵੇਂ ਉਵੇਂ ਆਪਣਾ ਸਿਰ ਢਾਈ ਗਿਆ ਤੇ ਸਿਰ ਰਲਵਾਈ ਗਿਆ ਦੋਸ਼ੀ ਹੈ ਸਾਰੇ ਨੇ ਤੇ ਅਸੀਂ ਸਾਰੇ ਹਾਂ ਜੇ ਬਿਲਕੁਲ ਮੈਂ ਸਮਝਦਾ ਕਿ ਸ਼ਰਧਾਹੀਨ ਜਿਹੜਾ ਵਿਦਵਾਨ ਹੈ ਤੇ ਕਿਰਤ ਵੀ ਹੋਣਾ ਸਿੱਖ ਹੈ ਕਿ ਜਦੋਂ ਦਾ ਸਾਡੇ ਸਮਾਜ ਦੇ ਵਿੱਚ ਆਇਆ ਇਸ ਤਰ੍ਹਾਂ ਦੇ ਹਮਲੇ ਆਮ ਹੋਏ ਪਏ ਨੇ ਸਾਡੇ ਆਪਣੇ ਹੁਣ ਕਿਹੜਾ ਬੁੱਧੀਜੀਵੀ ਜੇ ਜਿਹੜਾ ਅਰਚਨਾ ਦੇ ਖਿਲਾਫ ਲਿਖ ਰਿਹਾ ਬੋਲ ਰਿਹਾ ਕੋਈ ਸਿੱਖ ਮੀਡੀਆ ਕੋਈ ਸਿੱਖ ਸੱਲ ਕੋਈ ਟ੍ਰੋਲਿੰਗ ਸਿੱਖ ਗਰੁੱਪ ਹੈਗਾ ਜੇ ਉਹ ਸਾਰੇ ਸਰਗਰਮ ਹੋ ਗਏ ਨੇ ਉਹਨਾਂ ਨੇ ਡਾਇਰੈਕਟ ਅਟੈਕ ਸ੍ਰੀ ਦਰਬਾਰ ਸਾਹਿਬ ਤੇ ਯੋਗਾ ਨੂੰ ਲੈ ਕੇ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡੇ ਚੋਂ ਕੋਈ ਹਲੇ ਤੱਕ ਗਰੁੱਪ ਨਿਤਰਿਆ ਕਿਸੇ ਦੀ ਕਲਮ ਚੱਲੀ ਜੀ ਮੈਂ ਸਮਝਦਾ ਤੁਹਾਨੂੰ ਮੈਂ ਯਾਦ ਕਰਾਉਣਾ ਚਾਹਨਾ ਕਿ ਅਰुण ਛੋਰੀ ਨੇ ਅਰुण ਛੋਰੀ ਜਿਹੜਾ ਕਿ ਕਾਂਗਰਸ ਤੇ ਭਾਜਪਾ ਦਾ ਸ਼ਾਇਦ ਲੀਡਰ ਰਿਹਾ ਹੈ ਉਹਨੇ ਅਖਬਾਰ ਅਖਬਾਰ ਦਾ ਐਡੀਟਰ ਵੀ ਰਿਹਾ ਜੀ ਇੰਡੀਅਨ ਐਕਸਪ੍ਰੈਸ ਅਖਬਾਰ ਦਾ ਐਡੀਟਰ ਵੀ ਰਿਹਾ ਇੰਡੀਅਨ ਐਕਸਪ੍ਰੈਸ ਦਾ ਉਹਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀ ਜਿਹੜਾ ਸਿੱਖਾਂ ਦੇ ਸਿਧਾਂਤਾਂ ਦੇ ਖਿਲਾਫ ਜਾਂਦਾ ਸੀ ਸਿੱਖ ਧਰਮ ਦੇ ਖਿਲਾਫ ਜਾਂਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਜਿਹੜੇ ਇਨਚਾਰਜ ਸੀਗੇ ਉਸ ਵੇਲੇ ਦਵਿੰਦਰ ਪਾਲ ਸਿੰਘ ਦੁੱਗਲ ਉਹਨਾਂ ਨੇ ਠੋਕਵਾ ਜਵਾਬ ਦਿੱਤਾ ਸੀ ਔਰ ਇੰਡੀਅਨ ਐਕਸਪ੍ਰੈਸ ਨੂੰ ਉਹ ਵੀ ਛਾਪਣਾ ਪਿਆ ਸੀ ਅੱਜ ਸਾਡੀ ਬਦਕਿਸਮਤੀ ਇਹ ਹੈ ਕਿ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਜਿਹੜੇ ਬੁੱਧੀਜੀਵੀ ਬੈਠੇ ਨੇ ਉਹ ਵੀ ਬੁੱਧੀ ਹੀ ਨਹੀਂ ਹੋ ਚੁੱਕੇ ਨੇ ਮੈਨੂੰ ਲੱਗਦਾ ਔਰ ਅਫਸੋਸ ਦੀ ਗੱਲ ਹੈ ਜਿੱਦਾਂ ਤੁਸੀਂ ਕਿਹਾ ਵੀ ਕਿਹੜਾ ਬੁੱਧੀਜੀਵੀ ਜਿਹੜਾ ਅਰਚਨਾ ਦੇ ਖਿਲਾਫ ਆਰਟੀਕਲ ਲਿਖ ਰਿਹਾ ਕਿਸੇ ਦੀ ਹਿੰਮਤ ਹੀ ਨਹੀਂ ਪੈਂਦੀ ਕਿਉਂਕਿ ਸਰਕਾਰੀ ਲਾਭ ਇਹੋ ਜੀ ਚੀਜ਼ ਹੈ ਜਿਸ ਨੂੰ ਮਿਲ ਜਾਂਦੇ ਨੇ ਉਹ ਫਿਰ ਸ਼ਾਂਤੀ ਦੇ ਨਾਲ ਉਹਨਾਂ ਦੇ ਇੰਜੋਏ ਕਰਦਾ ਹੈ। ਨਾਮ ਬੜਾ ਵੱਡਾ ਸਵਾਲ ਆ ਜੀ ਲਾਲਪੁਰਾ ਲਾਲਪੁਰਾ ਸਾਹਿਬ ਕਿਉਂ ਚੁੱਪ ਬੈਠੇ ਨੇ? ਜੀ ਬਿਲਕੁਲ ਉਹਨਾਂ ਦੇ ਚੇਲੇ ਲਾਲਪੁਰਾ ਚੁੱਪ ਬੈਠੇ ਨੇ। ਸੰਤ ਸਮਾਜ ਚੁੱਪ ਹੈ ਜੀ। ਹਾਂ। ਸਾਧ ਯੂਨੀਅਨ ਨੇ ਹੀ ਬੋਲੀ। ਸਿਮਰਨਜੀਤ ਸਿੰਘ ਮਾਨ ਹਾਲੇ ਤੱਕ ਨਹੀਂ ਬੋਲਿਆ। ਬਿਲਕੁਲ। ਤਖਵੀਰ ਸਿੰਘ ਬਾਦਲ ਹਾਲੇ ਤੱਕ ਨਹੀਂ ਬੋਲਿਆ। ਮੈਂ ਨਾਮ ਲੈ ਕੇ ਕਹਿਣ ਨੂੰ ਤਿਆਰ ਆ। ਕਿਹੜੇ ਸਾਧ ਨੇ ਬੋਲਿਆ ਜਿਹੜੀ ਦਮਦਮੀ ਟਕਸਾਲ ਸਿੱਖ ਸਿਧਾਂਤਾਂ ਦਾ ਪਹਿਲਾ ਦਿਨ ਦੀ ਸੀ? ਉਹ ਵੀ ਖਾਮੋਸ਼ ਹੋ ਕੇ ਬੈਠੀ ਹੈ ਕਿਦੇ ਅੱਗੇ ਰੋਣਾ ਸਾਰੇ ਹੀ ਇੱਥੇ ਤੁਹਾਨੂੰ ਹੱਥ ਦੇ ਵਿੱਚ ਖੰਜਰ ਲੈ ਕੇ ਬੈਠੇ ਹੋਏ ਨੇ ਇਹ ਗੱਲਾਂ ਦੇ ਖਿਲਾਫ ਚੁਣਾਉਂਦੇ ਨੇ ਜਿਹੜੇ ਬੋਲਦੇ ਨੇ ਉਹਨਾਂ ਦੇ ਖਿਲਾਫ ਚੁਣਾਉਂਦੇ ਨੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਗੱਲਾਂ ਬਹੁਤ ਗੰਭੀਰ ਨੇ ਬਹੁਤ ਕੀੜਾਦਾਇਕ ਨੇ ਅਸੀਂ ਆਵਾਜ਼ ਬੁਲੰਦ ਕਰੀਏ ਉਹਨਾਂ ਲੋਕਾਂ ਨੂੰ ਅਵੇਅਰ ਕਰੀਏ ਜਿਹੜੇ ਲੋਕ ਅੱਖਾਂ ਮੀਟ ਕੇ ਇਹਨਾਂ ਦੇ ਉੱਤੇ ਵਿਸ਼ਵਾਸ ਕਰੀ ਬੈਠੇ ਨੇ ਅੱਜ ਨਾ ਤੇ ਨਾਨਕਸਰ ਸੰਪਰਦਾ ਬੋਲੀ ਹੈ ਨਾ ਰਾੜਾ ਸਾਹਿਬ ਸੰਪਰਦਾ ਬੋਲੀ ਹੈ ਨਾ ਦਮਦਮੀ ਟਕਸਾਲ ਬੋਲੀ ਹੈ ਨਾ ਕੋਈ ਅਕਾਲੀ ਦਲ ਬੋਲਿਆ ਨਾ ਕੋਈ ਫੈਡਰੇਸ਼ਨ ਬੋਲੀ ਹੈ ਸ਼ਰਮ ਦੀ ਗੱਲ ਹੈ ਕੋਈ ਬੱਬਰ ਨਹੀਂ ਬੋਲਿਆ ਕੋਈ ਕਮੇਟੀ ਨਹੀਂ ਬੋਲੀ ਅੱਜ ਜਿੰਨੀਆਂ ਬਣੀਆਂ ਫਿਰਦੀਆਂ ਨੇ ਨਾ ਸੀਜੀ ਕੌਮ ਨੂੰ ਨਵੀਂ ਸੇਧ ਦੇਣੀ ਚਾਹੁੰਦੇ ਆ ਕਿਹੜੀ ਸੇਧ ਦਿੱਤੀ ਤੁਸੀਂ ਸਹੀ ਕਿਹਾ ਕਿ ਉਹਨਾਂ ਦੀ ਤਾਂ ਟਰੋਲ ਆਰਮੀ ਸਰਗਰਮ ਹੈ ਲੇਕਿਨ ਸਾਡੀ ਟਰੋਲ ਆਰਮੀ ਅਜੇ ਕਾਨੂੰਨ ਦੇ ਨੁਕਤੇ ਵੇਖ ਰਹੀ ਹੈ ਕਿ ਕਿਦਰੇ ਅਸੀਂ ਕਾਨੂੰਨ ਦੇ ਦਾਇਰੇ ਚ ਨਾ ਆ ਜਾਈਏ ਬਿਲਕੁਲ ਸਹੀ ਗੱਲਾਂ ਨੇ ਮੈਂ ਆਪਣੇ ਸੂਝਵਾਨ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਗੱਲਾਂ ਨੂੰ ਸੋਚਿਓ ਜ਼ਰੂਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਕਾਗਜ਼ੀ ਬੁੱਤਾਂ ਨੂੰ ਵੀ ਪਤਾ ਲੱਗ ਸਕੇ ਕਾਗਜ਼ੀ ਸ਼ੇਰਾਂ ਨੂੰ ਵੀ ਪਤਾ ਲੱਗ ਸਕੇ ਕਿ ਕੱਲਾ ਬਿਆਨ ਦਿੱਤਿਆਂ ਕੰਮ ਨਹੀਂ ਹੋਣਾ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਪੈਣੀਆਂ ਸਰਦਾਰ ਰਤਿੰਦਰਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਗੱਲਾਂ ਦੇ ਨਾਲ ਕੋਈ ਇੱਕ ਜਾਗ ਪਵੇ ਔਰ ਇਹਨਾਂ ਨੂੰ ਸੁਧਾਰੇ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਸਮੇਂ-ਸਮੇਂ ਤੇ ਗਾਈਡ ਕਰ ਰਹੇ ਹੋ ਲੇਕਿਨ ਮੈਂ ਆਪਣੀ ਕੌਮ ਤੋਂ ਬੜਾ ਸ਼ਰਮਸਾਰ ਆਂ ਕਿ ਉਹ ਡੂੰਗੀ ਨੀਂਦਰੇ ਸੁੱਤੇ ਹੋਏ ਨੇ ਔਰ ਰੰਗीन ਸੁਪਨੇ ਦੇਖ ਰਹੇ ਨੇ ਕਿ ਅਸੀਂ ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ ਆਜ਼ਾਦੀ ਲੈਣੀ ਕਿਵੇਂ ਆ ਐ ਨਹੀਂ ਪਤਾ ਉਹਦਾ ਰੋਡ ਮੈਪ ਵੀ ਨਹੀਂ ਪਤਾ ਰੋਡ ਮੈਪ ਵੀ ਨਹੀਂ ਪਤਾ ਲੇਕਿਨ ਆਜ਼ਾਦੀ ਹੱਲ ਹੈ ਹਕੂਮਤ ਨਾਲ ਟਕਰਾ ਕਰਕੇ ਆਜ਼ਾਦੀ ਲੈਣੀ ਹੈ ਹਕੂਮਤ ਦੇ ਨਾਲ ਸਮਝੌਤਾ ਕਰਕੇ ਆਜ਼ਾਦੀ ਲੈਣੀ ਹੈ ਚੋਣ ਲੜ ਕੇ ਆਜ਼ਾਦੀ ਲੈਣੀ ਹੈ ਪਤਾ ਨਹੀਂ ਕਿਸ ਤਰ੍ਹਾਂ ਲੈਣੀ ਹੈ ਲੇਕਿਨ ਸਾਡੇ ਮਸਲਿਆਂ ਦਾ ਹੱਲ ਆਜ਼ਾਦੀ ਆ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਤੁਸੀਂ ਸਾਨੂੰ ਮਾਰਗਦਰਸ਼ਨ ਦਿੱਤਾ ਨਵੇਂ ਮੁੱਦੇ ਨਾਲ ਕੱਲ ਫੇਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦਾ ਇਸ ਵੀਡੀਓ ਨੂੰ ਜਿੰਨਾ ਸ਼ੇਅਰ ਕਰੋਗੇ ਤੁਹਾਡੇ ਬੱਚਿਆਂ ਦਾ ਭਲੇ ਖ ਉਹਨਾਂ ਹੀ ਸੁਰੱਖਿਅਤ ਹੋਏਗਾ ਅਸੀਂ ਆਪਣੇ ਨੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਜਿਹੜਾ ਹੈਗਾ ਸੁਰੱਖਿਅਤ ਕਰਨ ਵਾਸਤੇ ਇਹ ਦੁਹਾਈ ਪਾ ਰਹੇ ਆਂ ਇਹ ਗੱਲ ਕਰ ਰਹੇ ਆਂ ਆਵਾਜ਼ ਬੁਲੰਦ ਕਰ ਰਹੇ ਆਂ ਤਾਂ ਕਿ ਅਗਲੀਆਂ ਜਨਰੇਸ਼ਨਸ ਜਿਹੜੀਆਂ ਨੇ ਉਹ ਸੁਖੀ ਵੱਸਣ ਸਾਡੇ ਵਿੱਚੋਂ ਹੀ ਭਾਈ ਮਤੀਦਾਸ ਭਾਈ ਤਾਰੂ ਸਿੰਘ ਤੇ ਬਾਬਾ ਦੀਪ ਸਿੰਘ ਵਰਗੇ ਪੈਦਾ ਯੋਧੇ ਪੈਦਾ ਹੋਣੇ ਨੇ ਇਹ ਨਾ ਹੋਵੇ ਕਿ ਸਾਡੇ ਸਾਰਿਆਂ ਵਿੱਚੋਂ ਪਹਾੜਾ ਸਿੰਘ ਵਰਗੇ ਤੇ ਹੀਰਾ ਸਿੰਘ ਡੋਗਰੇ ਵਰਗੇ ਪੈਦਾ ਹੋਣ ਜਾਗਰੂਕ ਹੋਓ ਜਾਗੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ